ਜੇ ਥੋੜਾ ਟਾਈਮ ਦੱਸ ਦਿੰਦੇ ਤੇ ਮੈਂ ਉਸ ਹਿਸਾਬ ਨਾਲ ਥੋੜਾ ਫਰੇਮ ਕਰ ਲੈਂਦਾ। ਜੀ ਤੁਸੀਂ ਆਰਾਮ ਨਾਲ ਬੋਲੋ, 20 ਮਿੰਟ। ਸਤਿਕਾਰਯੋਗ ਰਾਓ ਸਾਹਿਬ, ਕਨਵੀਨਰ ਮੈਡਮ ਅਤੇ ਇਸ ਸੈਸ਼ਨ ਦੇ ਪ੍ਰਧਾਨ ਡਾਕਟਰ ਗੋਇਲ ਸਿੰਘ ਜੀ ਅਤੇ ਹੋਰ ਪ੍ਰਬੁੱਧ ਸਕਾਲਰਸ, ਮੇਰਾ ਵਿਸ਼ਾ ਹੈ ਰਾਸ਼ਟਰੀ ਭਾਵਨਾਤਮਕ ਏਕਤਾ ਅਤੇ ਗੁਰੂ ਤੇਗ ਬਹਾਦਰ। ਇਸ ਦੇ ਵਿੱਚ ਇਸ ਵਿਸ਼ੇ ਨੂੰ ਫੇਸ ਕਰਦਿਆਂ ਜਿਹੜੇ ਵਿਚਾਰ ਅੰਦਰ ਉਪਜਦੇ ਹਨ, ਉਹ ਹਨ ਕਿ ਇਸ ਵਿਸ਼ੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪਾਸਿਓਂ ਡੀਲ ਕੀਤਾ ਜਾਏ ਜਾਂ ਰਾਸ਼ਟਰੀ ਭਾਵਨਾਤਮਕ ਏਕਤਾ ਨੂੰ ਇੱਕ ਵੱਡੇ ਸੱਚ ਦਾ ਮਾਡਲ ਮੰਨਦੇ ਹੋਏ ਉਹ ਵਾਲੇ ਪਾਸਿਓਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਪਸਾਰ ਨੂੰ ਦੇਖਿਆ ਜਾਵੇ, ਜਾਂ ਇਹ ਕੋਈ ਦੋ ਅਲੈਦਾ ਅਲੈਦਾ ਪਸਾਰ ਹਨ ਜਿਨ੍ਹਾਂ ਦੀ ਇਕਮਿਕਤਾ ਦੀ ਤਲਾਸ਼ ਕਰਨੀ ਇਸ ਵਿਸ਼ੇ ਦਾ ਮਨੋਰਥ ਹੈ। ਸੋ ਜੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪਾਸੋਂ ਦੇਖਿਆ ਜਾਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ ਉਹਨਾਂ ਦੇ ਗੁਰੂ ਰੂਪ ਦੇ ਵਿੱਚ ਅਸੀਂ ਚਾਰ ਪਸਾਰ ਜਿਹੜੇ ਆ ਉਹ ਦੇਖ ਸਕਦੇ ਹਾਂ। ਉਹਨਾਂ ਦੇ ਵਿੱਚ ਇੱਕ ਉਹਨਾਂ ਦਾ ਪਸਾਰ ਅਕਾਲ ਰੂਪ ਜਿਹੜਾ ਗੁਰੂ ਦਾ ਪਸਾਰ ਗੁਰੂ ਗ੍ਰੰਥ ਸਾਹਿਬ 'ਚ ਪੇਸ਼ ਹੋਇਆ, ਦੂਜਾ ਉਹ ਸ਼ਬਦ ਰੂਪ ਪੇਸ਼ ਹੋਇਆ ਉਹਨਾਂ ਦਾ ਪਸਾਰ, ਤੇ ਸ਼ਬਦ ਦੇ ਨਾਲ ਹੀ ਉਹ ਜੋਤ ਰੂਪ ਪਸਾਰ ਉਹਨਾਂ ਦਾ ਪੇਸ਼ ਹੋਇਆ, ਤੀਜਾ ਸਾਖੀ ਰੂਪ ਦਾ ਪਸਾਰ ਪੇਸ਼ ਹੋਇਆ, ਤੇ ਚੌਥਾ ਜੇ ਅਸੀਂ ਇਹ ਬਣਾਉਣਾ ਹੋਵੇ ਤਾਂ ਸਾਖੀ ਰੂਪ ਦੇ ਵਿੱਚ ਹੀ ਅਸੀਂ ਜਿਹੜੀ ਪਰਟੀਕੁਲੈਰਿਟੀ ਆ ਉਹਨਾਂ ਦੀ ਆਪਣੀ ਪਰਟੀਕੁਲੈਰਿਟੀ ਆ ਗੁਰੂ ਦੇ ਤੌਰ ਤੇ ਜਿਹੜੀ ਨੌਵੇਂ ਸਥਾਨ ਦੇ ਉੱਤੇ ਆ ਉਹ ਪਰਟੀਕੁਲੈਰਿਟੀ ਦਾ ਪਸਾਰ ਜਿਹੜਾ ਫਿਜ਼ੀਕਲ ਵਰਲਡ ਦੇ ਵਿੱਚ ਮੈਨੀਫੈਸਟ ਹੁੰਦਾ। ਸੋ ਇਹਨਾਂ ਚਾਰਾਂ ਪਸਾਰਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਜਿਹੜੀ ਪਰਟੀਕੁਲੈਰਿਟੀ ਆ ਉਹਦੀ ਲੀਨੀਅਰ ਟਾਈਮ ਤੇ ਜਿਹੜੀ ਬੈਸਟੋਇੰਗ ਆ ਉਸ ਬੈਸਟੋਇੰਗ ਦੇ ਨੁਕਤੇ ਤੋਂ ਅਸੀਂ ਰਾਸ਼ਟਰੀ ਭਾਵਨਾਤਮਕ ਏਕਤਾ ਨਾਲ ਉਹਨਾਂ ਦਾ ਕਨੈਕਸ਼ਨ ਜਿਹੜਾ ਆ ਉਹ ਅਤੇ ਲਫ਼ਜ਼ ਦੇ ਰਾਹੀਂ ਜੋੜ ਸਕਦੇ। ਸੋ ਇਹ ਜਿਹੜੇ ਚਾਰੇ ਪਸਾਰ ਹਨ ਇਹਨਾਂ ਦੀ ਸਾਰੀ ਬਰੀਕੀ ਤੇ ਅਨੁਭਵ ਮੰਡਲ ਦੇ ਅਨੇਕ ਅਨੁਭਵ ਮੰਡਲ ਦੀ ਜਿਹੜੀ ਬ੍ਰਹਿਮੰਡਤਾ ਹੈ ਉਹਦੀ ਸਾਰੀ ਕੰਪਲੈਕਸਿਟੀ ਤੇ ਉਹਦੇ ਸਾਰੇ ਹੀ ਤਹਿਾਂ ਉਹਨਾਂ ਇਕੱਠਿਆਂ ਨੂੰ ਮਤਲਬ ਕਿ ਉਹਦੀ ਤਾਲਮੇਲ ਇੱਕ ਸੁਰਤਾ ਨੂੰ ਬੈਲੈਂਸ 'ਚ ਰੱਖਣ ਦੀ ਲੋੜ ਹੈ, ਨਹੀਂ ਤਾਂ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਪੋਜੀਸ਼ਨ ਦੇ ਵਿੱਚ ਰਾਸ਼ਟਰੀ ਭਾਵਨਾਤਮਕ ਏਕਤਾ ਨਾਲ ਜੋੜਨਾ ਉਹਦੇ 'ਚ ਭਾਵਨਾ ਰਾਸ਼ਟਰੀ ਭਾਵਨਾਤਮਕ ਏਕਤਾ ਇੱਕ ਹੋਲ ਬਣ ਜਾਏਗੀ ਅਤੇ ਲੀਨੀਅਰ ਟਾਈਮ ਦੇ ਵਿੱਚ ਇੱਕ ਹਿਸਟੋਰੀਕਲ ਪਰਸਨੈਲਿਟੀ ਦੀ ਨੀਡ ਦੇ ਤੌਰ ਤੇ ਅਸੀਂ ਉਹਨਾਂ ਨੂੰ ਜੋੜ ਰਹੇ ਹੋਵਾਂਗੇ ਤੇ ਭਾਰਤੀ ਸੁਭਾਅ ਦੇ ਮੁਤਾਬਕ ਉਹ ਨੀਡ ਜਿਹੜੀ ਆ ਇੱਕ ਸਪਿਰਚੁਅਲ ਪਰਸਨੈਲਿਟੀ ਦੇ ਨਾਲ ਅਸੀਂ ਜੋੜ ਕੇ ਉਹਦੀ ਭਾਵਨਾਤਮਕ ਤੌਰ ਤੇ ਉਹਨੂੰ ਹਾਇਰ ਰੈਲਮ ਦੀ ਵਸਤੂ ਮੰਨਾਂਗੇ ਪਰ ਉਹਦੀ ਕੰਟਰੀਬਿਊਸ਼ਨ ਨੂੰ ਇੱਕ ਲੀਨੀਅਰਿਟੀ ਦੇ ਵੱਖਰੇ ਹੋਲ ਦੇ ਅਧੀਨ ਕਰਨ ਦਾ ਪ੍ਰਯੋਜਨ ਸਿੱਧ ਕਰ ਰਹੇ ਹੋਵਾਂਗੇ। ਸੋ ਇਸ ਪੇਚੀਦਗੀ ਦੇ ਨਾਲ ਮੈਂ ਦੋ ਚਾਰ ਹੁੰਦੇ ਹੋਏ ਮੈਨੂੰ ਲੱਗਿਆ ਵੀ ਇਸ ਟੌਪਿਕ ਨੂੰ ਰਾਸ਼ਟਰੀ ਭਾਵਨਾਤਮਕ ਏਕਤਾ ਵਾਲੇ ਪਾਸੋਂ ਖੋਲ੍ਹਣਾ ਜ਼ਿਆਦਾ ਜਾਇਜ਼ ਹੈ। ਸੋ ਰਾਸ਼ਟਰੀ ਭਾਵਨਾਤਮਕ ਏਕਤਾ ਇਹਨਾਂ ਤਿੰਨਾਂ ਲਫ਼ਜ਼ਾਂ ਦੇ ਪਿੱਛੇ ਜਿਹੜੇ ਐਕਸਪੀਰੀਅੰਸਿਸ ਕਾਰਜਸ਼ੀਲ ਹਨ ਉਹਨਾਂ ਨੂੰ ਵੱਖਰਾ ਵੱਖਰਾ ਦੇਖਣ ਦੀ ਲੋੜ ਹੈ।
ਕਿਉਂਕਿ ਜਿਹੜਾ ਭਾਵਨਾਤਮਕ ਪਸਾਰ ਹੈ ਕਿ ਭਾਵਨਾ ਜਾਂ ਫੀਲਿੰਗ ਮੈਟਾਫਿਜ਼ੀਕਲੀ ਆਪਣੇ ਜਿਹੜੇ ਹਾਇਰ ਜਰਨੀ ਆ, ਭਾਵੇਂ ਮਨੁੱਖ ਦੀ ਹੋਵੇ, ਪੋਇਟ ਦੀ ਹੋਵੇ, ਫਿਲੋਸਫਰ ਦੀ ਹੋਵੇ, ਪ੍ਰੋਫਿਟ ਦੀ ਹੋਵੇ, ਜਾਂ ਅਵਤਾਰ ਦੀ ਹੋਵੇ, ਜਾਂ ਸੇਂਟ ਦੀ ਵੀ ਹੋਵੇ, ਕਿ ਭਾਵਨਾਤਮਕ ਭਾਵਨਾਤਮਕਤਾ ਦਾ ਮੈਟਾਫਿਜ਼ੀਕਲ ਸਟਰਕਚਰ ਜਿਹੜਾ ਆ ਉਹ ਇਹਨਾਂ ਪਰਸਨੈਲਿਟੀਜ਼ ਨੂੰ ਆਪਣੇ ਨਾਲ ਕਿਸ ਤਰ੍ਹਾਂ ਤੋਰ ਸਕਦਾ ਹੈ ਜਾਂ ਉਹਦਾ ਕੀ ਸਟੇਟਸ ਹੈ। ਸੋ ਇਹ ਵੀ ਇੱਕ ਨੁਕਤਾ ਜਿਹੜਾ ਥੋੜਾ ਸੋਚਣ ਦੀ ਲੋੜ ਹੈ ਕਿ ਭਾਵਨਾਤਮਕਤਾ ਜਿਹੜੀ ਹੈ ਉਹਦੀ ਕੀ ਦਿਸ਼ਾਵਾਂ ਹਨ। ਸੋ ਇਹਦੇ ਨਾਲ ਆਪਾਂ ਇੱਕ ਰਾਸ਼ਟਰੀ ਲਫ਼ਜ਼ ਵੀ ਜੋੜਿਆ ਹੋਇਆ, ਤੇ ਰਾਸ਼ਟਰੀ ਜਿਹੜਾ ਹੈ ਰਾਸ਼ਟਰ ਦੀ ਬਣਤਰ ਹੈ ਇਹਦੇ ਬਾਰੇ ਕਾਫੀ ਸੋਚਣ ਦੀ ਲੋੜ ਹੈ। ਤੇ ਮੈਂ ਹੁਣ ਜਿਹੜਾ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਗੁਰੂ ਸਾਖੀ ਨਿਯਮ ਦੀ ਜਿਹੜੀ ਨੌਵੇਂ ਪਾਤਸ਼ਾਹ ਦੀ ਪਰਟੀਕੁਲੈਰਿਟੀ ਹੈ ਉਸ ਪਰਟੀਕੁਲੈਰਿਟੀ ਨੇ ਲੀਨੀਅਰ ਟਾਈਮ ਨੂੰ ਬੈਸਟੋ ਕਿਸ ਤਰ੍ਹਾਂ ਕਰਨਾ ਆ, ਉਸ ਬੈਸਟੋਇੰਗ ਦੇ ਨੁਕਤੇ ਤੋਂ ਜਿਹੜਾ ਉਹ ਲੀਨੀਅਰ ਟਾਈਮ ਚ ਉਹਦੀ ਜਿਹੜਾ ਦਖਲ ਆ ਉਸ ਕਨੈਕਸ਼ਨ ਤੋਂ ਲੱਭਣ ਦੀ ਕੋਸ਼ਿਸ਼ ਕਰਾਂਗਾ। ਜਿਹੜੇ ਗੁਰੂ ਦੇ ਬਾਕੀ ਰੈਲਮ ਹਨ ਉਹ ਇਹਦੇ ਇਨਟਿਊਨ ਰਹਿ ਕੇ ਇਸ ਤੋਂ ਬਿਯੋਂਡ ਰਹਿੰਦੇ ਹਨ। ਸੋ ਗੁਰੂ ਰਾਸ਼ਟਰੀ ਭਾਵਨਾਤਮਕ ਏਕਤਾ ਦੇ ਵਿੱਚ ਆਪਣੇ ਸਾਖੀ ਨਿਯਮ ਦੀ ਪਰਟੀਕੁਲੈਰਿਟੀ ਦੀ ਬੈਸਟੋਇੰਗ ਦੇ ਨੁਕਤੇ ਤੋਂ ਕਨੈਕਟਡ ਹੈ, ਇਹ ਮੇਰਾ ਪਹਿਲਾ ਪੁਆਇੰਟ ਹੈ। ਸੋ ਦੂਜਾ ਨੁਕਤਾ ਜਿਹੜਾ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਉਹ ਕਰਨਾ ਚਾਹੁੰਦਾ ਕਿ ਜਦੋਂ ਇਹ ਅਰਵਿੰਦ ਪਾਲ ਸਿੰਘ ਮਡੇਰ ਦੀ ਜਿਹੜੀ ਪੁਸਤਕ ਹੈ ਰਿਲੀਜਨ ਐਂਡ ਦ ਸਪੈਕਟਰ ਆਫ ਦ ਵੈਸਟ, ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਬਾਖੂਬੀ ਦੱਸਿਆ ਜਿੱਥੇ ਓਰੀਐਂਟਲਿਜ਼ਮ ਦੀ ਬਹਿਸ ਕੀਤੀ ਹੈ ਕਿ ਵੈਸਟ ਦੇ ਵਿੱਚ ਨੈਸ਼ਨਲਿਜ਼ਮ ਜਿਹੜਾ ਕੰਸੈਪਟ ਹੈ ਨੇਸ਼ਨ ਦਾ ਉਹ ਜਦੋਂ ਏਸ਼ੀਆ ਦੀਆਂ ਗਿਆਨ ਪਰੰਪਰਾਵਾਂ ਉਹਨਾਂ ਦੇ ਟੈਕਸਟ ਵੈਸਟ ਦੇ ਵਿੱਚ ਗਏ ਤਾਂ ਵੈਸਟ ਨੂੰ ਜਿਹੜਾ ਫਿਲੋਸਫੀ ਦੇ ਰਾਹੀਂ ਇੱਕ ਚੈਲੰਜ ਉਹਨੇ ਪੈਦਾ ਕੀਤਾ ਹੋਇਆ ਸੀ ਵਰਲਡ ਨੂੰ ਜਾਂ ਆਪਣੇ ਇੰਡਸਟਰੀਲਾਈਜੇਸ਼ਨ ਦੇ ਨਾਲ ਜਿਹੜੀ ਇਕੋਨਮੀ ਦਾ ਮਾਡਲ ਡਿਵੈਲਪ ਕੀਤਾ ਸੀ ਉਹਦੇ ਨਾਲ ਜਿਹੜੀ ਉਹਦੀ ਇੱਕ ਉਹਦੇ ਅੰਦਰ ਇੱਕ ਫਲਸੋਫੀਕਲ ਲੈਵਲ ਦੀ ਸੁਪਰੀਮੇਸੀ ਦੀ ਇਮੈਜੀਨੇਸ਼ਨ ਪੈਦਾ ਹੋਈ ਸੀ, ਉਸ ਇਮੈਜੀਨੇਸ਼ਨ ਨੂੰ ਇਹਨਾਂ ਟੈਕਸਟ ਨੇ ਚੈਲੰਜ ਕੀਤਾ ਤਾਂ ਉਹਦੇ ਸਾਹਮਣੇ ਇੱਕ ਕੁਐਸਚਨ ਪੈਦਾ ਹੋਇਆ ਕਿ ਇਸ ਸੁਪਰੀਮੇਸੀ ਨੂੰ ਮੇਨਟੇਨ ਕਿਸ ਤਰ੍ਹਾਂ ਕੀਤਾ ਜਾਵੇ ਇਸ ਗਿਆਨ ਦੇ ਨਾਲ। ਸੋ ਉਹ ਗਿਆਨ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਪ੍ਰੋਸੈਸਿਸ ਪੈਦਾ ਹੋਏ ਉਹਦੇ ਵਿੱਚੋਂ ਹੀ ਜਿਹੜਾ ਇੱਕ ਪੋਲੀਟੀਕਲ ਵਰਸ਼ਨ ਉਹਨਾਂ ਦਾ ਉਹਨਾਂ ਦੀ ਸਾਈਕੀ 'ਚੋਂ ਪੈਦਾ ਹੋਇਆ, ਉਹ ਪੈਦਾ ਹੋਇਆ ਨੇਸ਼ਨ ਦਾ। ਤੇ ਜਿਹੜਾ ਕਲੋਨੀਅਲਿਜ਼ਮ ਦੇ ਰਾਹੀਂ ਜਿਹੜੀ ਫਿਲੋਸਫੀ ਆਫ ਰਿਲੀਜਨ ਦੀ ਰਹਿੰਦ ਖੂੰਹਦ ਜਿਹੜੀ ਹੀਗਲ ਦੀ ਉਹ ਇੱਥੇ ਇੰਪਲੀਮੈਂਟ ਹੋਈ, ਉਹ ਜਿਹੜੀ ਆ ਉਹ ਫਿਲੋਸਫੀ ਆਫ ਰਿਲੀਜਨ ਤੇ ਜਿਹੜੀ ਹਿਸਟਰੀ ਦੀ ਮਾਰਚਿੰਗ ਹੈ ਫਿਲੋਸਫੀ ਆਫ ਹਿਸਟਰੀ ਹੀਗਲੀਅਨ ਜਿਹੜਾ ਮਾਡਲ ਆ ਉਹ ਪੈਦੇ ਹੋਏ। ਸੋ ਮੇਰੇ ਕਹਿਣ ਦਾ ਮਤਲਬ ਵੀ ਜਿਹੜਾ ਰਾਸ਼ਟਰੀ ਲਫ਼ਜ਼ ਹੈ ਉਹ ਭਾਰਤੀ ਗਿਆਨ ਪਰੰਪਰਾਵਾਂ ਦੇ ਚੈਲੰਜ ਤੋਂ, ਚੈਲੰਜ ਦਾ ਮਤਲਬ ਵੀ ਉਹਦੇ ਨਾਲ ਹੈਲਦੀ ਡਾਇਲੋਗ ਕੀਤੇ ਤੋਂ ਬਗੈਰ ਇੱਕ ਫੀਅਰ ਚੋਂ ਤੇ ਇੱਕ ਪੋਲਿਟੀ ਚੋਂ ਪੈਦਾ। ਸੋ ਉਹ ਮਾਡਲ ਜਿਹੜਾ ਆ ਉਹਨੇ ਆਪਣੇ ਫਿਲਸੋਫੀਕਲ ਆਧਾਰ ਪੈਦਾ ਕੀਤੇ। ਸੋ ਇਹ ਇਸ ਵਿਸ਼ੇ ਦੇ ਵਿੱਚ ਜਿਹੜਾ ਇਹ ਦੇਖਣ ਦੀ ਲੋੜ ਹੈ ਕਿ ਜਿਹੜਾ ਰਾਸ਼ਟਰੀ ਲਫ਼ਜ਼ ਆ ਇਹਦੇ ਜਿਹੜੇ ਪਿੱਛੇ ਇੱਕ ਪੋਲਿਟੀ ਪਈ ਹੋਈ, ਉਸ ਪੋਲਿਟੀ ਨੇ ਜਿਹੜੀਆਂ ਚੀਜ਼ਾਂ ਨੂੰ ਵਰਤਿਆ ਉਹਨੇ ਜਿਹੜੀ ਹੈ ਨੇਸ਼ਨ ਦੀ ਉਹਨੇ ਰਿਲੀਜਨ ਦੀ ਕੰਸੈਪਸ਼ਨ ਨੂੰ ਰੇਸ਼ਲਾਈਜ਼ ਕਰ ਦਿੱਤਾ ਤੇ ਉਹਨੂੰ ਇੱਕ ਕਲਚਰਲ ਭਾਰਤੀ ਰਿਲੀਜਨਸ ਨੂੰ ਕਲਚਰਲ ਫੇਥ ਦੇ ਤੌਰ ਤੇ ਫਿਕਸ ਕਰ,
ਸੋ ਉਹਦੇ ਵਿੱਚ ਇਹ ਜਿਹੜਾ ਇੱਕ ਪੁਆਇੰਟ ਪਿਆ ਹੋਇਆ ਸੀਗਾ। ਸੋ ਉਹਨਾਂ ਨੇ ਨੇਸ਼ਨ ਦੀ ਕਨਸੈਪਸ਼ਨ ਨੂੰ ਰੇਸ਼ਲਾਈਜ਼ ਕੀਤਾ ਤੇ ਨੇਸ਼ਨ ਨੂੰ ਤਿੰਨ ਚੀਜ਼ਾਂ ਦੇ ਉੱਤੇ ਬੇਸਡ ਕਰ ਲਿਆ, ਰੇਸ ਦੇ ਉੱਤੇ, ਲੈਂਗੁਏਜ ਦੇ ਉੱਤੇ ਤੇ ਰਿਲੀਜਨ ਤੇ। ਰਿਲੀਜਨ ਨੂੰ ਉਹਨਾਂ ਨੇ ਬੜਾ ਇੱਕ ਇੱਕ ਇਸ ਵਿਧੀ ਨਾਲ ਯੂਜ਼ ਕੀਤਾ ਜਿਹਦਾ ਮਾਡਲ ਹੁਣ ਸਾਡੇ ਵੀ ਯੂਜ਼ ਕੀਤਾ ਜਾ ਰਿਹਾ, ਮੈਂ ਉਹ ਅੱਗੇ ਜਾ ਕੇ ਦੱਸਾਂਗਾ। ਉਹਨਾਂ ਨੇ ਇਹਨੂੰ ਪ੍ਰਸ਼ੀਅਨ ਰੇਸ ਜਿਹੜੀ ਆ, ਜਰਮਨ ਰੇਸ ਆ, ਉਹਦੇ ਨਾਲ ਜੋੜ ਕੇ ਇਸ ਨੇਸ਼ਨ ਦੀ ਫਾਰਮੇਸ਼ਨ ਜਿਹੜੀ ਆ ਉਹ ਕਰ ਲਈ, ਤੇ ਲੈਂਗੁਏਜ ਨੂੰ ਵੀ ਰੇਸ ਨਾਲ ਜੋੜ ਲਿਆ, ਤੇ ਜਿਹੜਾ ਰਿਲੀਜਨ ਆ ਉਹਨੂੰ ਏਸ਼ੀਆ ਦੇ ਵਿੱਚ ਜਿਹੜਾ ਅਸੀਂ ਉਹਨੂੰ ਕਲੋਨੀਅਲਿਜ਼ਮ ਦੇ ਰਾਹੀਂ ਜਿਹੜਾ ਜੁੜਿਆ ਉਹ ਰੇਸ ਦੇ ਨਾਲ ਜੁੜਿਆ, ਭਾਵ ਵੀ ਕਲਚਰਲ ਗਰੁੱਪਸ ਨਾਲ ਜੁੜਿਆ। ਸੋ ਇਸ ਪ੍ਰਕਾਰ ਉਹਨਾਂ ਨੇ ਜਿਹੜਾ ਆਪਣੇ ਇੰਡਕਸ਼ਨ ਚੋਂ ਜਾਗਿਆ ਹੋਇਆ ਜਿਹੜਾ ਸਾਇੰਟਿਫਿਕ ਜਿਹੜਾ ਟੈਂਪਰਾਮੈਂਟ ਸੀਗਾ ਉਹਨੂੰ ਇੱਕ ਸੈਕੁਲਰਾਈਜੇਸ਼ਨ ਦੇ ਰਾਹੀਂ ਇੱਕ ਹੋਲ ਵੀ ਅਦਾ ਕੀਤਾ, ਜਿਹੜਾ ਹੋਲ ਜਿਹੜਾ ਹੈ ਉਹਨਾਂ ਨੇ ਪਹਿਲਾਂ ਵੈਸਟ ਦੇ ਟ੍ਰਾਈਬਸ ਨੂੰ ਲੋਕਲ ਰੇਸਿਸ ਦੇ ਵਿੱਚ ਕਨਵਰਟ ਕਰਨ 'ਚ ਵਰਤਿਆ, ਫਿਰ ਓਵਰਆਲ ਉਹਨਾਂ ਨੇ ਵਾਈਟ ਰੇਸ ਦਾ ਇੱਕ ਹੋਲ ਬਣਾ ਕੇ ਉਹਨੂੰ ਵਰਤਿਆ, ਤੇ ਉਸ ਵਾਈਟ ਰੇਸ ਨੇ ਆਪਣੇ ਆਪ ਨੂੰ ਸੈਕੁਲਰਾਈਜ਼ਡ ਮਾਡਲ ਦੇ ਵਿੱਚ ਪੇਸ਼ ਕੀਤਾ, ਪਰ ਉਹਨੂੰ ਓਵਰ ਸ਼ੈਡੋ ਜਿਹੜਾ ਉਹ ਕ੍ਰਿਸਚੀਅਨਿਟੀ ਨਾਲ ਕਰ ਲਿਆ। ਸੋ ਇਸ ਕਰਕੇ ਉੱਥੇ ਜਿਹੜਾ ਰਿਲੀਜਨ ਆ ਉਹ ਮਤਲਬ ਕਿ ਏਸ਼ੀਆ ਦੇ ਏਸ਼ੀਆ, ਕਿਉਂਕਿ ਉਹਨਾਂ ਗਿਆਨ ਪਰੰਪਰਾਵਾਂ ਜਿਹੜੀਆਂ ਸੀ ਉਹਨਾਂ ਨੂੰ ਨਹੀਂ ਸੀ ਪੈਦਾ ਕਰ ਰਿਹਾ, ਉਹਦੀ ਫਿਲੋਸਫੀ 'ਚ ਖੜੋਤ ਆ ਚੁੱਕੀ ਸੀਗੀ ਆਪਣੇ ਇੰਟਰਨਲ ਰੀਜ਼ਨਸ ਕਰਕੇ ਤੇ ਆਪਣੀ ਫਿਊਡਲਾਈਜੇਸ਼ਨ ਦੇ ਪ੍ਰੋਸੈਸ ਕਰਕੇ। ਕੁਝ ਜਿਹੜੇ ਇਸਲਾਮ ਦੇ ਜਿਹੜਾ ਫਿਊਡਲਾਈਜ਼ ਤੇ ਮੋਨਾਰਕਿਕ ਜਿਹੜਾ ਵਰਲਡ ਆ ਇੱਥੇ ਡੋਮੀਨੇਟ ਕਰ ਰਿਹਾ ਸੀ, ਉਹਦੇ ਕਰਕੇ ਉਹ ਚੀਜ਼ਾਂ ਜਿਹੜੀਆਂ ਉਹ ਗਿਆਨ ਪਰੰਪਰਾਵਾਂ ਇੱਥੇ ਜਿਹੜੀਆਂ ਉਹ ਉਸ ਤਰ੍ਹਾਂ ਨਹੀਂ ਸੀ ਚੱਲ ਰਹੀਆਂ ਜਿਹੜੀਆਂ ਸਮੇਂ ਨੂੰ ਨਾਲ ਲੈ ਕੇ ਚੱਲ ਰਹੀਆਂ। ਸੋ ਉਹਦੇ ਉਹਦੇ ਤੋਂ ਪਿੱਛੇ ਹੋਣ ਕਰਕੇ ਤੇ ਇੱਥੋਂ ਦੀ ਫਿਊਡਲਾਈਜੇਸ਼ਨ ਕਰਕੇ ਉਹ ਉਸ ਚੈਲੰਜ ਨੂੰ ਕਬੂਲ ਨਹੀਂ ਸੀ ਸਕਦੀ। ਸੋ ਉਹਨਾਂ ਨੇ ਇਹਨਾਂ ਨੂੰ ਰਿਲੀਜਨ ਦੀ ਕੈਟੇਗਰੀ 'ਚ ਫਿਕਸ ਕਰ ਲਿਆ, ਆਪਣੇ ਆਪ ਨੂੰ ਸੈਕੂਲਰ ਕੈਟੇਗਰੀ 'ਚ ਫਿਕਸ ਕਰ ਲਿਆ ਤੇ ਫਿਲੋਸਫੀ ਨੂੰ ਟਰੁੱਥ ਦਾ ਇੱਕ ਯੂਨੀਵਰਸਲ ਰੂਪ ਦੇ ਕੇ ਇਸ ਤਰ੍ਹਾਂ ਇੱਕ ਨੇਸ਼ਨ ਦਾ ਆਈਡੀਆ ਉਹਨਾਂ ਨੇ ਬਿਲਡ ਕੀਤਾ। ਤੇ ਉਹਦੀ ਜਿਹੜੀ ਡੁਐਲਿਟੀ ਆ ਉਹਦੇ ਵਿੱਚ ਜਿਹੜੀ ਜਿਹੜੀ ਆਪਣੇ ਕੁਐਸਚਨ ਆਪਣਾ ਅੱਗੇ ਜਾ ਕੇ ਆਪਾਂ ਉਹਨੂੰ ਰਿਜ਼ੋਲਵ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ 'ਚ, ਉਹ ਡੁਐਲਿਟੀ ਜਿਹੜੀ ਆ ਉਹ ਅਦਰ ਦੀ ਡੁਐਲਿਟੀ। ਸੋ ਉੱਥੇ ਅਦਰ ਜਿਹੜਾ ਆ ਉਹਨੂੰ ਵੈਸਟ ਦੇ ਵੈਸਟਰਨ ਵਾਈਟ ਰੇਸਿਜ਼ਮ ਨੇ ਇੱਕ ਸਿਵਿਲਾਈਜੇਸ਼ਨ ਦੇ ਇਮੈਜੀਨੇਟਿਵ ਆਦਰਸ਼ ਦੇ ਰਾਹੀਂ ਆਪਣੀ ਸੁਪਰੀਮੇਸੀ ਨੂੰ ਇੰਪੋਜ਼ ਕਰਨ ਲਈ ਆਪਣੇ ਈਸਟ ਨੂੰ ਇੱਕ ਅਦਰ ਬਣਾ ਲਿਆ। ਸੋ ਉਹ ਅਦਰ ਉਹਦੀ ਇਮੈਜੀਨੇਸ਼ਨ 'ਚ ਉਹਨੂੰ ਇੱਕ ਜਿਵੇਂ ਉਸ ਇਮੈਜੀਨੇਸ਼ਨ ਨੂੰ ਇੱਕ ਡੁਐਲਿਟੀ ਚਾਹੀਦੀ ਆ ਜਿਹਦੇ ਉੱਤੇ ਉਹ ਓਵਰ ਪਾਵਰ ਕਰ ਸਕੇ ਤੇ ਆਪਣੀ ਸੁਪਰੀਮੇਸੀ ਦੀ ਇਮੈਜੀਨੇਸ਼ਨ ਨੂੰ ਆਪਣੇ ਉੱਤੇ ਸੱਚਾਈ ਵਾਂਗੂ ਧਾਰਨ ਕਰ ਸਕੇ ਤੇ ਉਹਦੇ ਫਲਸਫਿਕ ਤੇ ਉਹਦੇ ਹੋਰ ਦਾਰਸ਼ਨਿਕ ਪੈਟਰਨਸ ਨੂੰ ਜਿਹੜਾ ਆ ਉਹ ਇੱਕ ਟਰੁੱਥ ਦੀ ਯੂਨੀਵਰਸਲ ਕੈਟੇਗਰੀ ਦੇ ਤੌਰ ਤੇ ਅਸਟੈਬਲਿਸ਼ ਕਰ ਸਕੇ। ਸੋ ਉਹਨੇ ਜਿਹੜਾ ਆ ਮਤਲਬ ਕਿ ਫਲਸਫੀ ਦੇ ਰਾਹੀਂ ਰੈਸ਼ਨਲਾਈਜੇਸ਼ਨ ਦਾ, ਸਾਇੰਟਿਫਿਕ ਟੈਂਪਰਾਮੈਂਟ ਦਾ ਤੇ ਓਬਜੈਕਟਿਵ ਟਰੁੱਥ ਦਾ ਜਿਹੜਾ ਆਦਰਸ਼ ਦੇ ਕੇ ਉਹਨੇ ਉਹ ਸਟਰਕਚਰ ਪੈਦਾ ਕੀਤਾ ਜਿਹਦੇ ਨਾਲ ਉਹਨੇ ਈਸਟਰਨ ਗਿਆਨ ਤੋਂ ਆਪਣੇ ਆਪ ਨੂੰ ਸੇਫ ਕੀਤਾ ਉਸ ਡਾਇਲੋਗ ਤੋਂ ਤੇ ਨੇਸ਼ਨ ਦੀ ਕੰਸਟਰਕਸ਼ਨ ਕਰ। ਸੋ ਇਸ ਨੇਸ਼ਨ ਦੀ ਜਿਹੜੀ ਆਪਣੀ ਪ੍ਰਾਪਤੀ ਸੀਗੀ ਉਸ ਪ੍ਰਾਪਤੀ ਕਰਕੇ ਉਹਨਾਂ ਨੇ ਈਸਟ ਦੇ ਉੱਤੇ ਇਹ ਮਾਡਲ ਜਿਹੜਾ ਆ ਆਪਣੀ ਇਕਾਨਮੀ ਤੇ ਆਪਣੀ ਪੋਲਿਟੀ ਦੇ ਸਟਰਕਚਰ ਕਰਕੇ ਲਾਗੂ ਕਰਤਾ ਤੇ ਸਾਡੀ ਜਿਹੜੀ ਰਿਸੈਪਸ਼ਨ ਸੀ ਉਹਦੀ, ਕਿਉਂਕਿ ਸਾਡਾ ਸਾਰਾ ਕੁਝ ਫਿਊਡਲਾਈਜ਼ਡ ਹੋ ਚੁੱਕਾ ਸੀਗਾ ਤੇ ਜਾਂ
ਉਹਦਾ ਕੁਝ ਅੰਸ਼ਕ ਹਿੱਸਾ ਜਿਹੜਾ ਇਸਲਾਮਿਕ ਲਾਅ ਦੇ ਰਾਹੀਂ ਜਿਹੜੀਆਂ ਕਾਜ਼ੀ ਦੀਆਂ ਪਰੰਪਰਾਵਾਂ ਸੀ ਤੇ ਜਿਹੜਾ ਮੁਗਲੀਆ ਟ੍ਰਾਈਬਲ ਤੇ ਟਰਕਿਸ਼ ਰੇਸ਼ੀਅਲ ਜਿਹੜੇ ਪੈਟਰਨ ਸੀ ਪੋਲਿਟੀ ਦੇ ਉਹਨਾਂ ਦੇ ਮਿਕਸਚਰ ਦੇ ਨਾਲ ਚੱਲਦਾ ਰਿਹਾ। ਪਰ ਇਹ ਐਡਾ ਵੱਡਾ ਫਿਲਸੋਫਿਕ ਹੋਲ ਨਹੀਂ ਤਿਆਰ ਕਰ ਸਕਿਆ, ਇਸ ਕਰਕੇ ਇਹਦੇ ਨਾਲ ਥੋੜੇ ਥੋੜੇ ਸਪੇਸ ਬਚੇ ਰਹਿੰਦੇ ਸੀ। ਪਰ ਯੂਰਪ ਨੇ ਇੱਕ ਇਸ ਆਈਡੀਆ ਨੂੰ ਯੂਨੀਵਰਸਲ ਟਰੁੱਥ ਦੇ ਤੌਰ ਤੇ ਐਸਟੈਬਲਿਸ਼ ਕੀਤਾ ਤੇ ਉਹਨੂੰ ਓਬਜੈਕਟਿਵ ਟਰੁੱਥ ਹੋਣ ਦਾ ਭੁਲੇਖਾ ਪੈਦਾ ਕਰਕੇ ਪੈਦਾ ਕੀਤਾ ਤੇ ਅਸੀਂ ਉਹਦੀ ਰਿਸੈਪਸ਼ਨ ਜਿਹੜੀ ਆ ਉਹ ਇਸੇ ਗਿਆਨ ਮਾਡਲ ਦੀ ਜਿਹੜੀ ਆ ਉਹ ਭਾਰਤ ਦੇ ਮਸਲਿਆਂ ਨੂੰ ਹੱਲ ਕਰਨ ਲਈ ਵਰਤੀ, ਜਿਹੜੀ ਕਿ ਭਾਰਤ ਦੇ ਵਿੱਚ ਵੀ ਇਹ ਮਾਡਲ ਗਿਆਨ ਦੇ ਤੌਰ ਤੇ ਨਹੀਂ ਅਸੈਪਟ ਹੋਇਆ, ਇਹ ਮਾਡਲ ਸੁਧਾਰ ਦੀ ਪ੍ਰਾਈਮੇਸੀ ਚ ਅਸੈਪਟ ਹੋਏ। ਵੈਸਟ ਨੇ ਇਹਨੂੰ ਗਿਆਨ ਇਹਨੂੰ ਕੰਟਰੋਲ ਕਰਨ ਦੀ ਸਟ੍ਰੈਟਜੀ ਨਾਲ ਇੱਥੇ ਇੰਪਲੀਮੈਂਟ ਕੀਤਾ, ਏਸ਼ੀਆ ਨੇ ਖਾਸ ਕਰ ਭਾਰਤ ਨੇ ਇਹਨੂੰ ਸੁਧਾਰਕ ਮੂਵਮੈਂਟਸ ਦੇ ਰਾਹੀਂ ਜਿਹੜਾ ਅਸਟੈਬਲਿਸ਼ ਕੀਤਾ, ਕਿਉਂਕਿ ਉਹਨੇ ਫਿਊਡਲਾਈਜੇਸ਼ਨ ਤੋਂ ਆਪਣੀਆਂ ਟ੍ਰੈਡੀਸ਼ਨਸ ਨੂੰ ਬਚਾਉਣਾ ਸੀਗਾ। ਤੇ ਕੁਝ ਇਹਦੇ ਵਿੱਚ ਜਿਹੜਾ ਅਫੇਬੰਗ ਦਾ ਖਿਆਲ ਸੀ ਕੋਲੋਨਾਈਜੇਸ਼ਨ ਦੇ ਵਿੱਚ ਕਿ ਕੰਟਰੋਲ ਵੀ ਕਰੋ ਤੇ ਉਹਨੂੰ ਮੇਨਟੇਨ ਵੀ ਕਰੋ ਤੇ ਉਹਨੂੰ ਅਪਲਿਫਟ ਵੀ ਕਰੋ, ਇਹ ਤਿੰਨੇ ਕਸਾਰ ਉਹਨਾਂ ਦੇ ਟਰੁੱਥ ਦੇ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਦੀ ਜਿਹੜੀ ਉਹਨਾਂ ਦੇ ਵਿੱਚ ਜਿਹੜਾ ਮੇਨਟੇਨ ਕਰਨਾ ਤੇ ਅਪਲਿਫਟ ਕਰਨ ਦਾ ਪਸਾਰ ਸੀਗਾ, ਉਹਦੀਆਂ ਉਹਦੇ ਸਹਾਇਕ ਤੱਤਾਂ ਨੂੰ ਲੈ ਕੇ ਇੱਥੋਂ ਦੇ ਸਕਾਲਰਸ ਨੇ ਉਹਨੂੰ ਡਾਇਲਰ ਕੀਤੇ ਤੋਂ ਬਗੈਰ ਫਿਊਡਲਾਈਜੇਸ਼ਨ ਦੇ ਫੀਅਰ ਚੋਂ ਜਾਂ ਉਹਦੇ ਚੈਲੰਜਸ ਚੋਂ ਆਪਣੇ ਟ੍ਰੈਡੀਸ਼ਨ ਨੂੰ ਬਚਾਉਣ ਤੋਂ ਜਾਂ ਉਹਦੇ ਜਿਹੜੀਆਂ ਕੰਟਰਡਿਕਸ਼ਨ ਸੀਗੀਆਂ ਬਿਹੇਵੀਅਰ ਦੀਆਂ ਉਹਨੂੰ ਕੰਟਰੋਲ ਕਰਨ ਲਈ ਉਹਨਾਂ ਨੇ ਇਹ ਮਾਡਲ ਜਿਹੜਾ ਉਹ ਸਾਡੇ ਲਾ ਲਿਆ। ਤੇ ਇਹ ਮਾਡਲ ਸਾਡੇ ਗਿਆਨ ਦੇ ਵਿੱਚ ਵੀ ਆਇਆ, ਸਾਡੇ ਸਿਹਤ ਸ਼ਾਸਤਰ ਚ ਵੀ ਆਇਆ ਤੇ ਸਾਡੀ ਪੋਲਿਟੀ ਸਾਡੇ ਸਮਾਜਿਕ ਟੁਕਸ ਦੀ ਜਿਹੜੀ ਕੰਸਟਰਕਸ਼ਨ ਆ ਉਹਦੇ ਵਿੱਚ ਵੀ ਆਇਆ। ਸੋ ਇਹਨਾਂ ਦੇ ਵਿੱਚ ਜਿਹੜਾ ਭਾਰਤੀ ਸਥਿਤੀ ਦੇ ਵਿੱਚ ਇਹਨੂੰ ਜੇ ਦੇਖਿਆ ਜਾਵੇ ਤਾਂ ਜਿਹੜਾ ਇੱਕ ਕਿਤਾਬ ਹੈ ਇਹਨਾਂ ਦੀ ਆਨੰਦ ਕੇ ਕੁਮਾਰਾ ਸਵਾਮੀ ਦੀ ਸਪਿਰਚੁਅਲ ਅਥਾਰਿਟੀ ਐਂਡ ਟੈਂਪੋਰਲ ਪਾਵਰ ਇਨ ਦਾ ਇੰਡੀਅਨ ਥੀਰੀ ਆਫ ਗਵਰਨਮੈਂਟ, ਇਹਦੇ ਵਿੱਚ ਮੈਂ ਇਨਸਾਈਟ ਜਿਹੜੀ ਤੁਹਾਡੇ ਨਾਲ ਪੇਸ਼ ਕਰ ਰਿਹਾ ਕਿ ਇਹ ਕਹਿੰਦੇ ਕਿ ਜਿਹੜੀ ਭਾਰਤੀ ਟ੍ਰੈਡੀਸ਼ਨ ਸੀਗੀ ਖਾਸ ਕਰਕੇ ਜਿਹੜੀ ਮਤਲਬ ਕਿ ਸਨਾਤਨੀ ਟ੍ਰੈਡੀਸ਼ਨ ਸੀਗੀ ਪਾਵਰ ਦੀ, ਉਹਦੇ ਵਿੱਚ ਜਿਹੜਾ ਵੀ ਜਿਹੜੀ ਇੱਕ ਰਾਜ ਜਿਹੜਾ ਆ ਉਹ ਟਰੁੱਥ ਦਾ ਐਗਜੀਕਿਊਟਰ ਆ ਤੇ ਜਿਹੜੀ ਪੁਰੋਹਿਤ ਆ ਉਹ ਪਿਓਰ ਐਥਿਕਸ ਆ ਤੇ ਡਿਵਾਈਨ ਨੌਲੇਜ ਆ, ਇਹ ਇਸ ਬੈਲੈਂਸ ਦੇ ਵਿੱਚ ਇਹ ਚੀਜ਼ ਚੱਲਦੀ ਆ। ਸੋ ਜਿਹੜਾ ਰਾਜ ਆ ਉਹ ਕਿਸੇ ਪੁਰੋਹਿਤ ਸ਼੍ਰੇਣੀ ਦੇ ਜਾਂ ਕਿਸੇ ਡਿਵਾਈਨ ਨੌਲੇਜ ਦੇ ਰਿਪ੍ਰਜੈਂਟੇਟਿਵ ਦੇ ਅਧੀਨ ਉਹਦੀ ਐਕਸੀਕਿਊਸ਼ਨ ਕਰਨ ਦਾ ਇੱਕ ਬਲ ਨਹੀਂ ਹੁੰਦਾ ਹੈ, ਜਾਂ ਇੱਕ ਸੋਸ਼ੋਲੋਜੀ ਤੇ ਸਾਈਕੋਲੋਜੀ ਨੂੰ ਕਲਚਰਲ ਆਸਪੈਕਟਸ ਨੂੰ ਅਸਥੈਟਿਕਸ ਨੂੰ ਨਾਲ ਲੈ ਕੇ ਉਹ ਉਸ ਜਿਹੜਾ ਡਿਵਾਈਨ ਨੌਲੇਜ ਦਾ ਰਿਪ੍ਰਜੈਂਟੇਟਿਵ ਸੀਟ ਆ ਉਹਦੇ ਅਧੀਨ ਚੱਲਣ ਵਾਲਾ ਮਾਡਲ ਜਿਹੜਾ ਆ ਉਹ ਸਾਡੀ ਟ੍ਰੈਡੀਸ਼ਨ ਸੀਗਾ। ਇਸ ਟ੍ਰੈਡੀਸ਼ਨ ਦੀ ਪ੍ਰੋਬਲਮ ਇਹ ਹੈ ਕਿ ਇਹਦੇ 'ਚ ਜਿਹੜੀ ਇਸ ਟ੍ਰੈਡੀਸ਼ਨ ਦੀ ਪ੍ਰੋਬਲਮ ਇਹ ਹੈ ਕਿ ਇਹਦੇ 'ਚ ਜਿਹੜੀ ਟਾਈਮ ਦੇ ਵਿੱਚ ਜਿਹੜੀ ਮਨੁੱਖ ਦੇ ਆਪਣੇ ਮਨੁੱਖ ਹੋਣ ਦੀ ਹਸਤੀ ਵਿੱਚ ਉਹਦੀ ਬਾਡੀ ਤੇ ਉਹਦੀ ਸਾਈਕੋਲੋਜੀ ਉਹਦੀ ਜੋਗ੍ਰਾਫੀ ਜਾਂ ਉਹਦੀ ਇਮੈਜੀਨੇਸ਼ਨ ਦੇ ਜਿਹੜੇ ਪਸਾਰ ਆ ਉਹਨਾਂ ਨੇ ਜਿਹੜੀ ਟਰੁੱਥ ਦੀ ਕੰਸਟਰਕਸ਼ਨ ਕਰਨੀ ਆ ਜਾਂ ਟਾਈਮ 'ਚ ਅਨਫੋਲਡ ਹੋਣਾ ਤੇ ਸੋਸ਼ਲ ਮਾਰਚਿੰਗ ਦੇ ਥਰੂ ਐਕਸ਼ਨ ਦੇ ਥਰੂ ਜਿਹੜੀ ਗਿਆਨ ਦੀ ਗਿਆਨ 'ਚ ਵਿਕਾਸ ਹੋਣਾ ਆ
ਉਹ ਵਿਕਾਸ ਮਾਡਲ ਨੂੰ ਇਸ ਸਟੈਗਨੈਂਟ ਜਿਹੜਾ ਮੈਟਾਫਿਜ਼ੀਕਲ ਟਰੁੱਥ ਆ ਉਹਦੇ ਵਿੱਚ ਸਪੇਸ ਨਹੀਂ ਮਿਲਦਾ। ਸੋ ਇਸ ਕਰਕੇ ਸ਼ਾਸਤਰ ਦੇ ਅਧੀਨ ਸਾਰੀ ਸ਼ਾਸਤਰ ਦੀ ਗਾਈਡ ਸ਼ਾਸਤਰ ਦੀ ਖੜੋਤਮਈ ਮੈਟਾਫਿਜ਼ਿਕਸ ਦੇ ਅਧੀਨ ਐਕਸ਼ਨ ਜਿਹੜਾ ਆ ਉਹ ਵੱਧ ਤੋਂ ਵੱਧ ਐਥੀਕਲ ਹੋਣਾ ਚਾਹੀਦਾ ਹੈ ਤੇ ਉਹਦੀ ਉਹਦੇ ਨੈਤਿਕ ਪਸਾਰਾਂ ਦੀ ਬੁਲੰਦੀ ਵੀ ਹੋ ਸਕਦੀ ਹੈ, ਇਹਦੇ 'ਚ ਸ਼ੱਕ ਕੋਈ ਨਹੀਂ। ਪਰ ਉਹਦੇ 'ਚ ਜਿਹੜੀ ਅਧੂਰੇਪਣ ਦੇ ਟਾਈਮ ਅਧੂਰੇਪਣ ਦੇ ਸਾਰੇ ਪਸਾਰਾਂ ਨੇ ਟਾਈਮ 'ਚ ਅਨਫੋਲਡ ਹੋਣਾ, ਭਾਵ ਜਿਹੜਾ ਸਟਰਗਲ ਆ, ਭਾਵ ਜਿਹੜਾ ਇੱਕ ਅਧੂਰੇਪਣ ਦੀ ਡਾਇਨਮਿਕਸ ਆ, ਉਹ ਉਸ ਸੰਪੂਰਨ ਹੋਲ ਦੇ ਵਿੱਚ ਆਪਣਾ ਥਾਂ ਨਹੀਂ ਰੱਖਦੀ। ਇਸ ਕਰਕੇ ਜਿਹੜੀ ਪੋਲਿਟੀ ਆ ਉਹ ਜਿਹੜਾ ਲੋਕਾਂ ਦੇ ਸਮਾਜਾਂ ਦੇ ਵੱਖਰਤਾਵਾਂ ਦੇ ਭਾਸ਼ਾਵਾਂ ਦੇ ਐਕਸਪੈਰੀਮੈਂਟੇਸ਼ਨ ਤੋਂ ਬਾਹਰ ਰਹਿੰਦੀ। ਸੋ ਇਹ ਜਿਹੜਾ ਇੱਕ ਸਟਰਕਚਰ ਬਣਦਾ ਨੈਸ਼ਨਲਿਜ਼ਮ ਦਾ, ਇਹ ਆਪਣੇ ਆਪ ਦੇ ਵਿੱਚ ਇਹਦਾ ਆਦਰਸ਼ ਜਿਹੜਾ ਆ ਇੱਕ ਕਲੋਜ਼ਡ ਮੈਟਾਫਿਜ਼ਿਕਸ ਨੂੰ ਰਿਪ੍ਰਜੈਂਟ ਕਰਦਾ ਜਿਹੜਾ ਐਥੀਕਲ ਪ੍ਰੈਕਟਿਸ ਦੇ ਵਿੱਚ ਉੱਚਾ ਵੀ ਹੋ ਸਕਦਾ, ਪਰ ਉਹਦੇ 'ਚ ਉਹਦੀ ਉੱਚਾਈ, ਉਹਦਾ ਤਿਆਗ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜਿਹੜਾ ਆ ਉਹਦੇ ਵਿੱਚ ਟਾਈਮ ਦੀ ਪਾਰਟੀਸਪੇਸ਼ਨ ਜਿਹੜੀ ਉਹ ਨਹੀਂ ਬਣਦੀ। ਉਹਦੇ ਨਾਲ ਸਾਈਕੀ ਦੇ ਵੱਖ ਵੱਖ ਸਾਰ, ਬਾਡੀ ਦੇ, ਜੋਗ੍ਰਾਫੀ ਦੇ, ਫੋਕ ਦੇ, ਇਹ ਸਾਰੇ ਐਕਸਪੈਰੀਮੈਂਟਸ ਨੇ ਉਹਦੇ ਵਿੱਚ ਆਉਂਦੇ, ਇਹਦਾ ਕਾਫੀ ਵੱਡਾ ਪਸਾਰ ਹੋ ਸਕਦਾ। ਉਹ ਮੈਂ ਟਾਈਮ ਦੇ ਘੱਟ ਕਰਕੇ ਉੱਧਰ ਨਹੀਂ ਜਾ ਰਿਹਾ। ਸੋ ਇਹਦੇ ਨਾਲ ਜਿਹੜਾ ਸਾਡੇ ਕੋਲ ਫਿਰ ਕਾਜ਼ੀ ਦਾ ਜਿਹੜਾ ਪਸਾਰ ਸੀ, ਕਾਜ਼ੀ ਜਿਹੜਾ ਆ ਉਹਨੇ ਮਤਲਬ ਕਿ ਸੂਫੀ ਜਿਹੜੀ ਸੂਫੀ ਦੀ ਜਿਹੜੀ ਐਕਸਟੈਟਿਕ ਫਰੈਸ਼ਨੈਸ ਆ, ਭਾਵ ਉਹਨੂੰ ਜੇ ਆਪਾਂ ਸਿੱਖ ਚਿੰਤਨ ਦੇ ਹਿਸਾਬ ਨਾਲ ਕਹੀਏ, ਉਹਦੀ ਨਾਮ ਰਸੀ ਉੱਚਾਈ ਜਿਹੜੀ ਆ ਉਹਦੇ ਵਿੱਚ ਕ੍ਰੀਏਟਿਵ ਇਮੈਜੀਨੇਸ਼ਨ ਦਾ ਹੀ ਪਾਰਟੀਸਪੇਸ਼ਨ ਵੀ ਨਾਲ, ਇਹ ਇੱਕ ਅਰਬੀ ਦੇ ਰਾਹੀਂ ਅਸੀਂ ਇਹ ਚੀਜ਼ ਨੂੰ ਦੇਖ ਸਕਦੇ ਹਾਂ ਤੇ ਇਕਬਾਲ ਸਾਹਿਬ ਨੇ ਵੀ ਇੱਥੇ ਲਿਖਿਆ ਹੋਇਆ। ਸੋ ਉਹਦੇ ਵਿੱਚ ਜਿਹੜੀ ਇਮੈਜੀਨੇਸ਼ਨ ਦੀ ਜਾਂ ਕ੍ਰੀਏਟਿਵ ਇਨਸਾਈਟ ਦੀ ਜਿਹੜੀ ਪਾਰਟੀਸਪੇਸ਼ਨ ਆ ਉਹਦੀ ਭਗਤੀ ਦੇ ਵਿੱਚ ਜਿਹੜੇ ਆ ਉਹ ਐਰੋਟਿਕ ਤੇ ਜਿਹੜੇ ਸੈਂਸੂਅਸ ਤੇ ਜਿਹੜੇ ਫੈਮਨਾਈਨ ਪ੍ਰਿੰਸੀਪਲ ਦੀਆਂ ਚੰਚਲਤਾਵਾਂ ਨੂੰ ਜਦੋਂ ਲੈ ਆਉਂਦੇ ਆ ਤਾਂ ਉਹ ਇੱਕ ਥੋੜੀ ਪ੍ਰੋਬਲਮੈਟਿਕ ਵੀ ਆ ਨਾਮ ਸਿਮਰਨ ਦੇ ਨੁਕਤੇ ਤੋਂ, ਪਰ ਫਿਰ ਵੀ ਜਿਹੜਾ ਸੂਫੀਜ਼ਮ ਦਾ ਜਿਹੜਾ ਨਾਮ ਸਿਮਰਨੀ ਆਸਪੈਕਟ ਆ ਉਹ ਇਸ ਜੋਗ੍ਰਾਫੀ ਨਾਲ ਜੁੜਦਾ ਆ। ਪਰ ਜਿਹੜਾ ਉਹਦਾ ਕਾਜ਼ੀ ਦਾ ਆਸਪੈਕਟ ਆ ਉਹ ਯਹੂਦੀ ਰੇਸਿਜ਼ਮ ਤੋਂ ਪ੍ਰਭਾਵਿਤ ਹੋਣ ਕਰਕੇ, ਅਰੇਬੀਅਨ ਟ੍ਰਾਈਬਸ ਦੇ ਕੋਲ ਇਕਨੋਮਿਕ ਤੇ ਪੋਲੀਟੀਕਲ ਪਾਵਰ ਆਉਣ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਟ੍ਰਾਈਬ ਤੋਂ ਰੇਸ ਦੀ ਕਨਵਰਟੀਬਲ ਰੇਸ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸਲਾਮਿਕ ਜਿਹੜੀਆਂ ਚੀਜ਼ਾਂ ਉਹ ਟ੍ਰੈਡੀਸ਼ਨ ਪੈਦਾ ਹੋ ਗਈਆਂ ਜਿਹਦੇ 'ਚ ਲਾਅ ਓਰੀਐਂਟਡ ਜਿਹੜੀ ਆ ਉਹ ਇੰਟਰਪ੍ਰੀਟੇਸ਼ਨ ਕੁਰਾਨ ਦੀ ਚੱਲਦੀ ਪਈ ਆ। ਉਹ ਉਹਦਾ ਇੱਕ ਆਧਾਰ ਭਾਰਤ ਦੇ ਵਿੱਚ ਵੀ ਪ੍ਰੈਕਟਿਸ ਹੁੰਦਾ ਰਿਹਾ ਨਾਲ ਨਾਲ ਸੂਫੀਜ਼ਮ ਦੇ, ਤੇ ਜਿਹੜੇ ਮੁਗਲ ਸੀਗੇ ਜਿਹੜੇ ਕਿ ਮੰਗੋਲੀਅਨ ਟ੍ਰਾਈਬਸ ਦੇ ਅਫਗਾਨਿਸਤਾਨ ਦੇ ਟ੍ਰਾਈਬਸ ਦੇ ਮਿਕਸਚਰ ਸੀਗੇ ਤੇ ਉਹਨਾਂ ਦੇ ਉੱਤੇ ਆਦਰਸ਼ ਜਿਹੜੇ ਸੀ ਉਹ ਟਰਕਿਸ਼ ਸੀਗੇ। ਸੋ ਉਹਦੇ ਵਿੱਚੋਂ ਦੀ ਟ੍ਰਾਈਬਲਿਜ਼ਮ ਤੇ ਰੇਸ਼ੀਅਲਿਜ਼ਮ ਜਿਹੜਾ ਆ ਉਹ ਨਾਲ ਚੱਲਦਾ ਸੀ। ਰੇਸ਼ੀਅਲਿਜ਼ਮ ਦੇ ਨਾਲ ਇੱਕ ਰਿਫਾਈਨਡ ਕਿਸਮ ਦੀ ਬੁਲੰਦੀ ਵੀ ਨਾਲ ਆਉਂਦੀ ਆ ਆਪਣੀਆਂ ਲਿਮਿਟੇਸ਼ਨ ਦੇ ਬਾਵਜੂਦ, ਤੇ ਟ੍ਰਾਈਬਲਿਜ਼ਮ ਦੇ ਵਿੱਚ ਆਪਣੀਆਂ ਮਤਲਬ ਕਿ ਸਬਲਾਈਮ ਆਸਪੈਕਟਸ ਦੀ ਥਾਂ ਤੇ ਇੱਕ ਆਪਣੇ ਕਲੋਜ਼ਡ ਸਟਰਕਚਰ ਦੇ ਬਾਵਜੂਦ ਇੱਕ ਇਨੋਸੈਂਸ ਵੀ ਆਉਂਦੀ ਹੈ ਜਿਹੜੀ ਨੇਚਰ ਨਾਲ ਜੁੜਦੀ ਹੈ। ਇਹ ਇਕੱਠਾ ਹੀ ਉਹਦੀ ਪੋਲਿਟੀ ਦੀ ਬਣਤਰ ਦੇ ਵਿੱਚ ਚੱਲਦਾ ਆ। ਸੋ ਉਹਨਾਂ ਨੇ ਕਾਜ਼ੀ ਨੂੰ ਵੀ ਵਰਤਿਆ, ਪਰ ਮੁਗਲੀਆ ਜਿਹੜੇ ਸਟਰਕਚਰ ਸੀ ਉਹਨਾਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਚੀਜ਼ਾਂ ਵੀ ਸੀ, ਇਸ ਕਰਕੇ ਇੱਕ ਮਿਕਸਚਰ ਜੀ ਚੀਜ਼ ਸੀ। ਪਰ ਉਹਦਾ ਜਿਹੜਾ ਸਟਰਕਚਰ ਸੀਗਾ ਉਹ ਗਿਆਨ ਦੇ ਯੂਨੀਵਰਸਲ ਪ੍ਰਿੰਸੀਪਲ ਨੂੰ ਰਿਪ੍ਰਜੈਂਟ ਨਹੀਂ ਸੀ ਕਰਦਾ, ਉਹ ਕਿਤੇ ਨਾ ਕਿਤੇ ਤਰ੍ਹਾਂ ਰੇਸ, ਟ੍ਰਾਈਬ ਜਾਂ ਧਰਮ ਦੇ ਦਾਇਰੇ ਦੇ ਵਿੱਚ ਰਹਿੰਦਾ ਸੀਗਾ। ਧਰਮ ਮਤਲਬ ਕਿ ਕੌਮਿਆਂ 'ਚ ਮੈਂ ਕਹਿ ਰਿਹਾ, ਉਹਦੀ ਪ੍ਰੈਕਟਿਸ ਦੇ ਨੁਕਤੇ ਤੋਂ, ਫਿਲੋਸਾਫੀਕਲੀ ਨਹੀਂ ਮੈਂ ਕਹਿ ਰਿਹਾ। ਸੋ
ਇਸ ਤਰ੍ਹਾਂ ਜਿਹੜਾ ਜਿਹੜਾ ਭਾਰਤੀ ਮਾਡਲ ਦੇ ਸਾਹਮਣੇ ਇੱਕ ਮਾਡਲ ਜਿਹੜਾ ਮੁਗਲੀਆ ਮਾਡਲ ਭਾਰਤ 'ਚ ਰਾਜ ਦਾ ਪ੍ਰੈਕਟਿਸ ਹੁੰਦਾ ਰਿਹਾ ਹੈ। ਸੋ ਉਹਦੇ ਵਿੱਚ ਥੋੜੀਆਂ ਖੁੱਲਾਂ ਚੰਗਿਆਈਆਂ ਦੇ ਬਾਵਜੂਦ ਤੇ ਆਪਣੇ ਮੋਨਾਰਕਿਕ ਆਸਪੈਕਟ ਦੇ ਬਾਵਜੂਦ ਇੱਕ ਰਲੇ ਮਿਲੇ ਪ੍ਰਭਾਵਾਂ ਦੇ ਵਿੱਚ ਚੱਲਦਾ ਪਿਆ ਸੀ। ਉਹਦੇ ਸਾਹਮਣੇ ਜਦੋਂ ਬਸਤੀਵਾਦੀ ਸੈਕੂਲਰ ਮਾਡਲ ਆਇਆ ਤਾਂ ਉਹ ਸੈਕੂਲਰ ਮਾਡਲ ਨੇ ਆਪਣੀਆਂ ਪ੍ਰਾਪਤੀਆਂ ਤੇ ਸੀਮਾਵਾਂ ਦੇ ਬਾਵਜੂਦ ਇੱਥੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ, ਪਰ ਉਹ ਉਹਨਾਂ ਦੀਆਂ ਸੀਮਾਵਾਂ ਕਿਉਂਕਿ ਅਜੇ ਪ੍ਰੈਕਟਿਸ 'ਚ ਨਹੀਂ ਸੀ ਆਈਆਂ, ਇਸ ਕਰਕੇ ਉਹ ਪੂਰੀਆਂ ਡਿਸਕਸ ਨਹੀਂ ਹੋਈਆਂ। ਉਹਨਾਂ ਦਾ ਚਿੰਤਨ ਅਸੀਂ ਇੱਕ ਯੂਨੀਵਰਸਲ ਗਿਆਨ ਪਰੰਪਰਾ ਦੇ ਤੌਰ ਤੇ ਅਡੋਪਟ ਕਰ ਲਿਆ ਤੇ ਪੋਲੀਟੀਕਲੀ ਅਸੀਂ ਉਹਨਾਂ ਨਾਲ ਭਾਵੇਂ ਲੜਦੇ ਵੀ ਰਹੇ, ਪਰ ਅਸੀਂ ਧਾਰਮਿਕ ਤੌਰ ਤੇ ਵੀ ਭਾਵੇਂ ਅਸੀਂ ਉਹਨਾਂ ਦੇ ਨਾਲ ਕ੍ਰਿਸਚੀਅਨ ਮਿਸ਼ਨਰੀਜ਼ ਦੇ ਨਾਲ ਬਹਿਸ 'ਚ ਰਹੇ, ਪਰ ਅਸੀਂ ਮਾਡਲ ਉਹਨਾਂ ਦਾ ਹੀ ਅਪਣਾਇਆ। ਇਸੇ ਕਰਕੇ ਸੁਧਾਰਕ ਜਿਹੜੀਆਂ ਮੂਵਮੈਂਟਸ ਹਨ ਉਹ ਉਹਨਾਂ ਨੂੰ ਜੇ ਡਿਫਾਈਨ ਕਰਨਾ ਹੋਵੇ ਤਾਂ ਉਹਨਾਂ ਦੇ ਐਕਸ਼ਨ ਦੇ ਵਿੱਚ ਤਾਂ ਹਿਸਟਰੀ ਦੀ ਤੇ ਸਪਿਰਚੁਐਲਿਟੀ ਦੀ ਇੱਕ ਪ੍ਰੇਰਨਾ ਸੀ, ਪਰ ਉਹਨਾਂ ਦੀ ਗਿਆਨ ਸਿਰਜਣਾ ਦੇ ਵਿੱਚ ਜਿਹੜੀ ਆ ਉਹ ਕਲੋਨੀਅਲ ਮਾਡਲ ਦਾ ਜਿਹੜਾ ਸਰਟਨਟੀ ਦਾ ਪ੍ਰਿੰਸੀਪਲ ਸੀ, ਜਿਹਦੀ ਨੈਤਿਕਤਾ ਨੂੰ ਉਹਨਾਂ ਨੇ ਲਿਮਿਟਿਡ ਅਰਥਾਂ 'ਚ ਵਰਤਿਆ, ਪਰ ਉਹਦੇ ਗਿਆਨ ਸ਼ਾਸਤਰੀ ਮਾਡਲ ਦਾ ਚੈਲੇਂਜ ਨਹੀਂ ਦੇ ਸਕੇ, ਉਹਦੀ ਅਧੀਨਗੀ ਦੇ ਵਿੱਚ ਆਪਣੇ ਸਕ੍ਰਿਪਚਰਸ ਨੂੰ ਲੈ ਗਏ। ਇਸੇ ਕਰਕੇ ਇੱਥੇ ਜਿਹੜਾ ਸਾਡੇ ਵੀ ਮਾਈਥੋਲੋਜੀ ਦਾ ਤੇ ਸਾਖੀਆਂ ਦਾ ਤੇ ਹਿਸਟਰੀ ਦਾ ਡਾਇਲੋਗ ਆ, ਰੈਸ਼ਨੈਲਿਟੀ ਦਾ ਤੇ ਆਪਣਾ ਜਿਹੜਾ ਆ ਮੰਤਰ ਟ੍ਰੈਡੀਸ਼ਨ ਦਾ ਡਾਇਲੋਗ ਆ, ਇਹ ਸਾਰੀਆਂ ਪ੍ਰੋਬਲਮਸ ਇੱਥੇ ਪਈਆਂ ਹੋਈਆਂ। ਸੋ ਤੀਜਾ ਸਾਡੇ ਕੋਲ ਜਿਹੜਾ ਇਸ ਵੇਲੇ ਮਾਡਲ ਆ ਉਹ ਮਾਰਕਸਿਸਟ ਮਾਡਲ ਆ, ਤੇ ਜਾਂ ਸਾਡੇ ਕੋਲ ਮਾਈਨੋਰਿਟੀਜ਼ ਜਿਹੜੇ ਆ ਉਹ ਆਪਣੇ ਪੋਲੀਟੀਕਲ ਮਾਡਲ ਜਿਹੜੇ ਆ ਪ੍ਰੈਕਟਿਸਿਸ ਜਿਹੜੀਆਂ ਨੈਸ਼ਨਲਿਜ਼ਮ ਦੇ ਵਿਦਿਨ ਕਰ ਰਹੀਆਂ ਆ, ਜਾਂ ਕਾਸਟ ਦੇ ਨੁਕਤੇ ਤੋਂ ਜਿਹੜੀਆਂ ਪੋਲਿਟੀ ਬਣੀ ਹੋਈ ਆ ਉਹ ਪ੍ਰੈਕਟਿਸ ਕਰ ਰਹੀਆਂ ਹਨ। ਪਰ ਇਹ ਮਾਰਕਸਿਸਟ ਜਿਹੜੇ ਆ ਇਹਨਾਂ ਕੋਲ ਵੀ ਇੱਕ ਵੱਡਾ ਮਾਡਲ ਹੈ, ਪਰ ਮਾਰਕਸਿਸਟ ਮਾਡਲ ਭਾਰਤ ਦੇ ਵਿੱਚ ਆਪਣੇ ਸਿੰਬੋਲਿਕ ਕਨੈਕਸ਼ਨ ਨਹੀਂ ਬਣਾ ਸਕਦਾ, ਤੇ ਇਹਦਾ ਜਿਹੜਾ ਮੈਟਾਫਿਜ਼ੀਕਲ ਐਂਡ ਹੈ ਜਿਵੇਂ ਹੈਗੈਲੀਅਨ ਮੈਟਾਫਿਜ਼ੀਕਲ ਐਂਡ ਹੈ ਉਹ ਕਲੋਜ਼ਡ ਹੈ। ਸੋ ਉਹ ਕਲੋਜ਼ਡ ਐਂਡ ਇਹਨੂੰ ਲਿਵਿੰਗ ਪ੍ਰੈਕਟਿਸ ਜਿਹੜੀ ਆ ਭਾਰਤ ਦੀ ਉਹਦੀ ਵੇਰੀਏਸ਼ਨ ਦੇ ਅੰਦਰ ਉਹਦੀ ਲਚਕ ਦੇ ਅੰਦਰ ਨਹੀਂ ਜਾਣ ਦਿੰਦਾ। ਇਸ ਕਰਕੇ ਇਹਨਾਂ ਦੀ ਪੋਇਟਰੀ ਦੇ ਵਿੱਚ ਵੀ ਉਹ ਲਚਕ ਨਹੀਂ ਆਉਂਦੀ, ਇਹਨਾਂ ਦੀ ਐਸਥੈਟਿਕਸ ਦੇ ਵਿੱਚ ਵੀ ਉਹ ਪ੍ਰੋਬਲਮ ਰਹਿੰਦੀ। ਸੋ ਇਸ ਕਰਕੇ ਇਹ ਸੰਘਰਸ਼ ਦੇ ਦੁੱਖ ਦੇ ਆਦਰਸ਼ ਨੂੰ ਵਰਤਦੇ ਹੋਏ ਉਹਦੀ ਸਾਰੀ ਵੇਰੀਏਸ਼ਨ ਤੇ ਇੱਥੋਂ ਦੇ ਸਿੰਬਲਿਜ਼ਮ ਨੂੰ ਨਾਲ ਤੋਰਦੇ ਹੋਏ ਕਿਸੇ ਹੋਲ ਵੱਲ ਨਹੀਂ ਵੱਧਦੇ, ਬਲਕਿ ਇੱਕ ਹੋਲ ਦੇ ਆਦਰਸ਼ ਦੇ ਨਾਲ ਜੁੜੀ ਹੋਈ ਇਮੈਜੀਨੇਟਿਵ ਸੁੱਚਤਾ ਤੇ ਇਹਨਾਂ ਦੀ ਤਰਸ ਭਾਵਨਾ ਦੇ ਨਾਲ ਇੱਕ ਕਲੋਜ਼ਡ ਮੈਟਾਫਿਜ਼ੀਕਲ ਐਂਡ ਪੈਦਾ ਕਰ ਲੈਂਦੇ ਆ, ਤੇ ਜਿਹਦੇ ਆਸਰੇ ਇਹ ਆਪਣੇ ਫੋਲੋਅਰ ਨੂੰ ਇੱਕ ਇੱਕ ਤਣਾਅ ਦੇ ਵਿੱਚ ਰੱਖਦੇ। ਸੋ ਉਹ ਤਣਾਅ ਫੀਅਰ ਦਾ ਤਣਾਅ ਆ ਤੇ ਇੱਕ ਪੋਜ਼ਿਟਿਵ ਇਮੈਜੀਨੇਸ਼ਨ ਦੇ ਐਂਡ ਦਾ ਤਣਾਅ ਆ ਜਿਹੜਾ ਕਿ ਐਂਡ ਕਲੋਜ਼ਡ ਹੈ। ਸੋ ਉਹ ਉਹਨੂੰ ਸਿੰਬੋਲਿਕ ਲਚਕ ਨਹੀਂ ਦਿੰਦਾ। ਇਸ ਕਰਕੇ ਇਹਨਾਂ ਦੇ ਰਾਹੀਂ ਵੀ ਜਿਹੜਾ ਰਾਸ਼ਟਰੀ ਮਾਡਲ ਪੈਦਾ ਹੁੰਦਾ ਉਹ ਇੱਥੇ ਭਾਵਨਾਤਮਕ ਏਕਤਾ ਦੇ ਸਾਰੇ ਪਸਾਰਿਆਂ ਨੂੰ ਪੇਸ਼ ਨਹੀਂ ਕਰ ਸਕਦਾ। ਉਹ ਕੁਝ ਨੈਗੇਟਿਵਿਟੀ ਦੇ ਸਾਹਮਣੇ ਐਥੀਕਲ ਤੇ ਕੁਝ ਪੋਜ਼ਿਟਿਵ ਆਦਰਸ਼ ਦਿੰਦਾ ਹੈ, ਉਹ ਇੱਥੋਂ ਦੀ ਸਿੰਬਲਿਜ਼ਮ ਦੀ ਪੂਰੀ ਲਚਕ ਨਹੀਂ ਪੈਦਾ ਕਰ ਸਕਦਾ। ਇਸ ਕਰਕੇ ਵੇਵ ਨਹੀਂ ਪੈਦਾ ਹੁੰਦੀ ਇੱਥੇ, ਬਹੁਤ ਹੀ ਪਾਵਰਫੁਲ ਵੇਵ ਨਹੀਂ ਪੈਦਾ ਹੁੰਦੀ ਜਿੱਥੋਂ ਦਾ ਇੱਥੋਂ ਦਾ ਸਾਰਾ ਸਿੰਬਲਿਜ਼ਮ ਹੀ ਇੰਟਰਪ੍ਰੈਟ ਹੋ ਜਾਏ ਉਸ ਵੇਵ ਦੇ ਵਿੱਚ। ਸੋ ਕਾਸਟ ਦੇ ਨੁਕਤੇ ਤੋਂ ਜਿਹੜੇ ਗਰੁੱਪਸ ਆ ਉਹ ਵੀ ਵਿਰੋਧ ਦੇ ਨੁਕਤੇ ਤੋਂ ਉਹਨਾਂ ਦੀ ਪੋਲਿਟਿਕਸ ਚੱਲਦੀ ਆ ਤੇ ਉਹ ਵੀ ਪੂਰੇ ਫਲਸੋਫੀਕਲ ਕੈਟੇਗਰੀਜ਼ ਨੂੰ ਰਿਪ੍ਰੈਜ਼ੈਂਟ ਨਹੀਂ ਕਰ ਸਕਦੇ ਤੇ ਇੱਥੋਂ ਦੀਆਂ ਫਲਸੋਫੀਕਲ ਕੰਟਰੀਬਿਊਸ਼ਨਸ ਨੂੰ ਆਪਣੇ ਵਿੱਚ ਨਹੀਂ ਸਮਾ ਸਕਦੇ। ਸੋ ਹੁਣ ਆਪਾਂ ਦੇਖੀਏ ਵੀ ਇਹ ਦੋ ਦਵੰਧ ਸਾਡੇ ਸਾਹਮਣੇ ਪਏ ਹੋਏ, ਉਹਦੇ ਚ ਭਾਰ ਇਸ ਦਵੰਧ ਦੀ ਰਾਸ਼ਟਰੀ ਭਾਵਨਾਤਮਕਤਾ ਦੇ ਅੰਦਰ ਜਿਹੜੇ ਫਲਸੋਫੀਕਲ ਦਵੰਧ ਪਏ ਹੋਏ ਹਨ ਤੇ ਜਿਹੜੇ ਵੈਸਟਰਨ ਨੇਸ਼ਨ ਦੀ ਕੰਸਟਰਕਸ਼ਨ ਦੇ ਵਿੱਚ ਦਵੰਧ ਪਏ ਹੋਏ ਹਨ, ਇਹਨਾਂ ਦੋਹਾਂ ਦਵੰਧਾਂ ਦੇ ਵਿੱਚ ਗੁਰੂ ਤੇਗ ਬਹਾਦਰ ਦਾ ਕੀ ਰੋਲ ਹੋ ਸਕਦਾ ਤੇ ਜਾਂ ਕੀ ਰੋਲ ਹੈ? ਸੋ ਉਹ ਤਾਂ ਕਿ ਇਹ ਫਲਸੋਫੀਕਲ ਜਿਹੜੇ ਕਲੋਜ਼ਡ ਮੈਟਾਫਿਜ਼ੀਕਲ ਐਂਡ ਹਨ ਇਹਨਾਂ ਦੇ ਬਲੌਕ ਨੂੰ ਤੋੜ ਦਿੱਤਾ ਜਾਵੇ,
ਜਿਹੜਾ ਆਪਾਂ ਕਹਿ ਰਹੇ ਹਾਂ ਕਿ ਗੁਰੂ ਸਾਹਿਬ ਜਨੌਰ ਨੂੰ ਨਹੀਂ ਮੰਨਦੇ ਪਰ ਉਹਦੇ ਲਈ ਕੁਰਬਾਨੀ ਦਿੰਦੇ ਹਨ, ਇਹ ਕੋਈ ਐਥੀਕਲ ਐਕਟ ਨਹੀਂ ਹੈ, ਇਹ ਇੱਕ ਪਿਓਰ ਮੈਟਾਫਿਜ਼ੀਕਲ ਰਿਪ੍ਰੈਜੈਂਟੇਸ਼ਨ ਹੈ ਇਸ ਐਕਸ਼ਨ ਦੇ ਪਿੱਛੇ। ਇਹ ਐਕਸ਼ਨ ਜਿਹੜਾ ਹੈ ਕਿਸੇ ਹੋਰ ਹੋਲ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਨਹੀਂ ਕਰ ਰਿਹਾ, ਕਿਉਂਕਿ ਗੁਰੂ ਆਪਣੇ ਆਪ ਦੇ ਵਿੱਚ ਇੱਕ ਹੋਲ ਆ। ਸੋ ਉਹ ਆਪਣੀ ਪਰਟੀਕੁਲੈਰਿਟੀ ਦੇ ਰਾਹੀਂ ਲੀਨੀਅਰ ਟਾਈਮ ਦੇ ਵਿੱਚ ਬੈਸਟੋਇੰਗ ਕਰਦਾ ਪਿਆ। ਸੋ ਇਹ ਜਿਹੜੇ ਦੋ ਦਵੰਦ ਹਨ ਉਹਦੀ ਭਾਰਤੀ ਵੇਰੀਏਸ਼ਨ ਮੈਂ ਜ਼ਿਆਦਾ ਦੱਸੀ ਹੈ, ਵੈਸਟਰਨ ਜਿਹੜੀ ਵੇਰੀਏਸ਼ਨ ਉਹ ਇੱਥੇ ਦੱਸਣ ਦੀ ਲੋੜ ਨਹੀਂ ਸੀ ਵੀ ਜਰਮਨ ਦਾ ਫਰਾਂਸ ਨਾਲ ਕੀ ਹੈ, ਇੰਗਲੈਂਡ ਨਾਲ ਕੀ, ਉਹ ਸਾਰੀ ਉਹ ਵੀ ਵੇਰੀਏਸ਼ਨ ਖੋਲਣ ਦੀ ਲੋੜ ਆ ਜੇ ਅਸੀਂ ਇਹਨੂੰ ਪੂਰਾ ਇਸ ਵਿਸ਼ੇ ਨੂੰ ਡੀਲ ਕਰਨਾ ਹੈ। ਸੋ ਇਹਦੇ ਵਿੱਚ ਜਿਹੜਾ ਆ ਮਤਲਬ ਕਿ ਮੈਂ ਦੱਸਿਆ ਕਿ ਮੈਟਾਫਿਜ਼ੀਕਲ ਬਾਉਂਡਰੀ ਜਿਹੜਾ ਫਿਊਚਰ ਫਿਕਸ ਆ, ਤੇ ਉਹਦੇ ਵਿੱਚ ਜਿਹੜਾ ਤੀਜਾ ਇੱਕ ਪੁਆਇੰਟ ਭਾਰਤ ਦੇ ਵਿੱਚ ਜਿਹੜਾ ਚੱਲ ਰਿਹਾ ਭਾਰਤੀ ਦੁਬੰਧ ਦੇ ਵਿੱਚ, ਸੋਰੀ ਤੀਜਾ ਜੀ, ਮਾਰਕਸਿਸਟ ਕਾਸਟਿਸਟ ਸਿੱਖ ਮੁਸਲਿਮ ਸੈਕੂਲਰ ਜਾਂ ਮਿਨੋਰਿਟੀਜ਼, ਇਹਦੇ ਵਿੱਚ ਇੱਕ ਟ੍ਰਾਈਬਲ ਆਸਪੈਕਟ ਵੀ ਹੈਗਾ ਭਾਰਤ ਦੇ ਵਿੱਚ। ਟ੍ਰਾਈਬਲ ਆਸਪੈਕਟ ਜਿਹੜਾ ਉਹ ਆਪਣੇ ਉਹਦੀ ਆਪਣੀ ਇੱਕ ਪੋਲਿਟੀ ਡਿਵੈਲਪ ਹੁੰਦੀ ਹੈ, ਉਹ ਹਰ ਇੱਕ ਰਿਲੀਜਨ ਦੇ ਵਿੱਚ ਆ। ਜਿਵੇਂ ਅਫਗਾਨਿਸਤਾਨ ਇਸਲਾਮ ਜਿਹੜਾ ਆ ਉਹ ਇੱਕ ਟ੍ਰਾਈਬਲ ਇਸਲਾਮ, ਉਹਨੂੰ ਜਿਹੜਾ ਉਹ ਟ੍ਰਾਈਬਲਿਜ਼ਮ ਜਿਹਦੇ ਕੋਲ ਇਕਨੋਮਿਕ ਪਾਵਰ ਆ ਜਾਂਦੀ ਆ, ਜਿਵੇਂ ਬੱਦੂ ਅਰਬ ਦੇ ਟ੍ਰਾਈਬਲਿਜ਼ਮ ਆ, ਉਹ ਆਪਣੇ ਆਪ ਨੂੰ ਰੇਸ ਬਣਾਉਣ ਦੀ ਪੋਲਿਟੀ ਚ ਸੁੱਟ ਲੈਂਦਾ ਤੇ ਸਕ੍ਰਿਪਚਰ ਨੂੰ ਯੂਜ਼ ਕਰਦਾ, ਤੇ ਫਿਰ ਆਪਣੀਆਂ ਰਿਲੀਜੀਅਸ ਜਿਹੜੀਆਂ ਰਿਲੇਸ਼ਨਸ ਆ ਉਹਦੀ ਇਮੋਸ਼ਨੈਲਿਟੀ ਤੇ ਉਹਦੇ ਸਿੰਬਲਿਜ਼ਮ ਨੂੰ ਇਮੋਸ਼ਨਲ ਤੌਰ ਤੇ ਯੂਜ਼ ਕਰਦਾ ਆ। ਮੈਂ ਇਮੋਸ਼ਨ ਇਹਦੇ ਵਿੱਚ ਵੀ ਜਿਹੜਾ ਭਾਰਤੀ ਆਇਆ ਇਹ ਭਾਵਨਾਤਮਕ ਲਫ਼ਜ਼, ਮੈਂ ਇਹਨੂੰ ਕਾਫੀ ਇਹਦੇ ਤੋਂ ਕਾਫੀ ਸੁਚੇਤ ਹੋ ਕੇ ਇਹਨੂੰ ਚਾਹੁੰਦਾ ਕਿ ਵਰਤਿਆ ਜਾਏ। ਇਹ ਬੜਾ ਇੱਕ ਬੜਾ ਪੋਲੀਟੀਕਲ ਲਫ਼ਜ਼ ਆ, ਬੜਾ ਡਿਸੈਪਟਿਵ ਲਫ਼ਜ਼ ਵੀ। ਸੋ ਅਫਗਾਨਿਸਤਾਨ ਦੇ ਜਿਹੜੇ ਟ੍ਰਾਈਬਸ ਆ ਉਹਨਾਂ ਦੀ ਭਾਵਨਾਤਮਕ ਏਕਤਾ ਇਸਲਾਮ ਨਾਲ ਤੇ ਇਸਲਾਮ ਦੇ ਸਿੰਬਲਿਜ਼ਮ ਦੇ ਨਾਲ, ਜਿਹੜੀ ਅਰਬ ਦੀ ਪੋਲਿਟੀ ਦਾ ਜਿਹੜਾ ਬਦੂਇਜ਼ਮ ਆ, ਜਿਹੜਾ ਵਾਈਟ ਯਹੂਦੀ ਰੇਸ਼ਲਿਜ਼ਮ ਦੇ ਵਿੱਚ ਬਦਲਣ ਦੇ ਆਦਰਸ਼ ਰੱਖਣੇ ਚਾਹੁੰਦਾ, ਸੋ ਉਹਦੇ ਕੋਲ ਇਸਲਾਮ ਦੀ ਸਪਿਰਿਟ ਨਹੀਂ ਹੈ, ਉਹ ਉਹਦੀ ਸੋਸ਼ੋਲੋਜੀ ਤੇ ਉਹਦੀ ਪੋਲਿਟੀ ਉਹਦੀ ਇਕਾਨਮੀ ਨੂੰ ਵਰਤ ਰਿਹਾ ਆਪਣੇ ਰੇਸ਼ੀਅਲ ਪੈਟਰਨ ਨੂੰ ਅਸਟੈਬਲਿਸ਼ ਕਰਨ ਲਈ। ਸੋ ਇਸ ਪੋਲਿਟੀ ਦੇ ਵਿੱਚ ਅਫਗਾਨਿਸਤਾਨ ਯੂਜ਼ ਹੋ ਜਾਂਦਾ। ਸੋ ਭਾਰਤ ਦੇ ਵਿੱਚ ਵੀ ਇਹ ਚੀਜ਼ਾਂ ਸਾਰੇ ਰਿਲੀਜਨ 'ਚ ਪਈਆਂ, ਖਾਸ ਕਰਕੇ ਜਿਹੜੇ ਬ੍ਰਾਹਮਣਿਜ਼ਮ ਦੇ ਅਗੇਂਸਟ ਜਿਹੜੀਆਂ ਮੂਵਮੈਂਟਸ ਚੱਲੀਆਂ, ਕਿਉਂਕਿ ਉਹਨਾਂ ਨੇ ਜਨ ਸਧਾਰਨ ਨਾਲ ਜੁੜਨਾ ਸੀ, ਸੋ ਜਨ ਸਧਾਰਨ ਦੇ ਫੋਕ ਨੂੰ ਵਿੱਚ ਲਿਆਉਣਾ ਸੀ, ਸੋ ਉਹ ਫੋਕ ਦੀ ਇਨੋਸੈਂਸ ਨੂੰ ਸਪਿਰਚੁਅਲਾਈਜ਼ ਕਰਨਾ ਸੀ, ਪਰ ਉਹ ਫੋਕ ਦੀ ਜਿਹੜੇ ਨਾਲ ਬਿਲੋਂਗ ਕਰਦੇ ਪੋਲੀਟੀਕਲ ਸਟਰਕਚਰਸ ਹਨ, ਉਹਨਾਂ ਦੀਆਂ ਇਮੈਜੀਨੇਸ਼ਨਸ ਹਨ, ਉਹ ਵਿੱਚ ਆ ਕੇ ਇਸ ਪ੍ਰੋਸੈਸ ਨੂੰ ਪੈਦਾ ਕਰ ਦਿੰਦੀਆਂ ਜਿਹੜਾ ਕਿ ਸ਼ਬਦ ਦੇ ਅਗੇਂਸਟ ਭੁਗਤਦਾ, ਤੇ ਉਹ ਬੜੀ ਵੰਨ ਸੁਵੰਨੀ ਸਟ੍ਰੈਟਜੀ ਕਰਦੇ। ਇਹ ਭਾਰਤ ਦੇ ਵਿੱਚ ਇਹ ਚੀਜ਼ ਦੇਖਣ ਦੀ ਲੋੜ ਆ, ਤੇ ਮੈਂ ਅੱਗੇ ਜਾ ਕੇ ਦੱਸਦਾ, 2 ਮਿੰਟ 'ਚ ਮੈਂ ਸਮਅਪ ਕਰ ਦਾਂਗਾ ਕਿ ਗੁਰੂ ਸਾਹਿਬ ਨੇ ਇਹਦੇ ਵਿੱਚ ਕਿਸ ਤਰ੍ਹਾਂ ਕੰਟਰੀਬਿਊਟ ਕੀਤਾ ਕਿ ਜਿਹੜਾ ਟ੍ਰਾਈਬਲਿਜ਼ਮ ਆ ਉਹ ਆਪਣੀ ਪੋਲਿਟੀ ਜਿਹੜੀ ਆ ਉਹਦੇ ਸਟਰਕਚਰ ਰਿਲੀਜਨ ਦੇ ਆਸਰੇ ਨਾ ਬਣਾਏ ਤੇ ਵਿਰੋਧ ਦੇ ਆਸਰੇ ਨਾ ਬਣਾਏ, ਤੇ ਉਸ ਤੇ ਵਿਰੋਧ ਦੇ ਐਕਸ਼ਨ ਦੇ ਰਾਹੀਂ ਆਪਣੇ ਨਾਇਕਤਵ ਦੇ ਆਦਰਸ਼ ਚੋਂ ਆਪਣੀ ਪੋਲਿਟੀ ਸ਼ਬਦ ਦੇ ਅਗੇਂਸਟ ਨਾ ਪੈਦਾ ਕਰੇ। ਸੋ ਇਹਨੂੰ ਗੁਰੂ ਸਾਹਿਬ ਨੇ ਚੈੱਕ ਕੀਤਾ ਭਾਰਤ ਦੇ ਵਿੱਚ, ਤੋ ਇਹ ਵੀ ਦੇਖਣ ਵਾਲੇ, ਪਰ ਉਹਦੀ ਇਨੋਸੈਂਸ ਜਿਹੜੀ ਆ ਉਹਨੂੰ ਸਪਿਰਚੁਐਲਿਟੀ ਦੇ ਨਾਲ ਵੀ ਜੋੜਿਆ। ਇਹ ਜਿਹੜਾ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਲਵੇ ਦੀ ਜਰਨੀ ਦੇ ਵਿੱਚੋਂ ਆਪਾਂ ਲੱਭ ਸਕਦੇ ਹਾਂ। ਸੋ ਜਿਹੜਾ ਅਗਲਾ ਪੁਆਇੰਟ ਜਿਹੜਾ ਮੈਂ ਪੇਸ਼ ਕਰਨਾ ਚਾਹੁੰਦਾ ਹਾਂ, ਜਿਹੜਾ ਇਸ ਵੇਲੇ ਜਿਹੜਾ ਭਾਰਤ ਦੇ ਵਿੱਚ ਜਿਹੜੀ ਮੈਜੋਰਿਟੀ ਆ ਜਿਹੜੇ ਪਾਵਰ ਦੇ ਸਟਰਕਚਰ ਬਣਾ ਰਿਹਾ, ਉਹਨੇ ਜਿਵੇਂ ਕਿ ਵੈਸਟ ਨੇ ਕੀਤਾ ਸੀ ਕਿ ਕ੍ਰਿਸਚੀਅਨ ਜਿਹੜੀ ਕ੍ਰਿਸਚੀਅਨਿਟੀ ਨੂੰ ਦੀ ਓਵਰ ਸ਼ੈਡੋ, ਕ੍ਰਿਸਚੀਅਨਿਟੀ ਦੀ ਸ਼ੈਡੋ ਥੱਲੇ ਆਪਣਾ ਜਿਹੜਾ ਰੇਸ਼ੀਅਲ ਏਜੰਡਾ ਵਾੜ ਕੇ ਉਹਨੂੰ ਮਿਕਸ ਕਰ ਲਿਆ ਸੀ ਧਿਆਨ ਦੇ ਨਾਲ।
ਸੋ ਭਾਰਤ ਦੇ ਵਿੱਚ ਵੀ ਹੁਣ ਇਹ ਪ੍ਰੋਸੈਸ ਚੱਲਦਾ। ਭਾਰਤ ਅਸਲ ਚ ਹੈ ਕੀ ਹੈ ਜਿਹੜਾ ਰਾਸ਼ਟਰ, ਮੇਰੇ ਹਿਸਾਬ ਨਾਲ ਇਹ ਰਾਸ਼ਟਰ ਦੀ ਜਿਹੜਾ ਸਾਰਾ ਚਿੰਤਨ ਆ, ਸਾਰੇ ਵਿਸ਼ਵਾਸ ਜਾਂ ਸਾਰੇ ਇਹਦੇ ਲਿਟਰੇਚਰ, ਡਾਂਸ, ਮਿਊਜ਼ਿਕ, ਅਸਥੈਟਿਕਸ, ਫਿਲਾਸਫੀ ਜਾਂ ਹੋਰ ਜਿੰਨੇ ਵੀ ਆਸਪੈਕਟਸ ਹਨ, ਉਹਦੇ ਚ ਇਹ ਚੀਜ਼ ਇਹਦੇ ਚ ਇਹਨੂੰ ਭਾਰਤ ਬਣਾਉਂਦੀ ਹੈ ਕਿ ਇਹ ਰੈਵੀਲੇਸ਼ਨ ਨੂੰ ਹਿਊਮਨ ਫੈਕਿਲਿਟੀਜ਼ ਤੋਂ ਵੱਡਾ ਮੰਨਦਾ। ਸੋ ਇਹ ਸ਼ਬਦ ਪ੍ਰਮਾਣ ਨੂੰ ਬਾਕੀ ਪ੍ਰਮਾਣਾਂ ਤੋਂ ਵੱਡਾ ਮੰਨਦਾ। ਸੋ ਸ਼ਬਦ ਪ੍ਰਮਾਣ ਦੇ ਵਿੱਚ ਨਾ ਮਨੁੱਖੀ ਸਾਈਕੋਲੋਜੀ, ਨਾ ਉਹਦੀ ਮੈਟਾਫਿਜ਼ੀਕਲ ਫਲਾਈਟ, ਨਾ ਉਹਦੀ ਐਂਥਰੋਪੋਲੋਜੀ, ਨਾ ਉਹਦੀ ਬਾਡੀ ਦੇ ਪਸਾਰ ਜਿਹੜੇ ਆ ਉਹਦੀਆਂ ਕੰਸਟਰਕਸ਼ਨਸ ਡੋਮੀਨੇਟ ਕਰ ਸਕਦੇ। ਡੋਮੀਨੇਟ ਮੈਂ ਕਹਿ ਰਿਹਾ, ਮੈਂ ਉਹਦੇ ਰਿਲੇਸ਼ਨ ਤੋਂ ਬਗੈਰ ਨਹੀਂ ਕਹਿ ਰਿਹਾ, ਰਿਲੇਸ਼ਨ ਤੋਂ ਵਿਹੂਣੀਆਂ ਨਹੀਂ ਕਹਿ ਰਿਹਾ। ਸੋ ਉਹ ਡੋਮੀਨੇਟ ਨਹੀਂ ਕਰ ਸਕਦੀਆਂ ਇਹਨੂੰ ਭਾਰਤ। ਸੋ ਜੇ ਭਾਰਤ ਇਸ ਚੀਜ਼ 'ਚ ਜਾਗਣਾ ਚਾਹੁੰਦਾ ਜਿਹਦੇ ਵਿੱਚੋਂ ਕਿ ਭਾਰਤੀ ਸੈਕੂਲਰਿਜ਼ਮ ਇਹਨੂੰ ਨਹੀਂ ਜਗਾ ਸਕਦਾ ਅਤੇ ਸੈਕੂਲਰ ਪਾਰਟੀਜ਼, ਪੋਲੀਟੀਕਲ ਪਾਰਟੀਜ਼ ਇੱਥੋਂ ਦੇ ਸਿੰਬਲਿਜ਼ਮ ਨੂੰ ਨਾਲ ਨਹੀਂ ਜੋੜ ਸਕਦੀਆਂ, ਉਹ ਕਿਸੇ ਨੈਗੇਟਿਵਿਟੀ ਦੇ ਸਾਹਮਣੇ ਇੱਥੋਂ ਦੀ ਮੋਨਾਰਕੀਕਲ ਅਤੇ ਫਿਊਡਲ ਜਿਹੜੀ ਰਿਐਲਿਟੀ ਆ ਜਾਂ ਇੱਥੋਂ ਦੀ ਜਿਹੜੀ ਟ੍ਰਾਈਬਲ ਇਨੋਸੈਂਸ ਕਰਕੇ ਜਿਹੜੀ ਅਗਿਆਨਤਾ ਦੇ ਪਸਾਰ ਪਏ ਆ ਉਹਦੇ ਸਾਹਮਣੇ ਤਾਂ ਇੱਕ ਆਦਰਸ਼ਕ ਮਾਡਲ ਰੱਖ ਸਕਦੀਆਂ ਹਨ, ਪਰ ਉਹ ਭਾਰਤੀ ਸਿੰਬਲਿਜ਼ਮ ਨੂੰ ਇੱਥੋਂ ਦੀ ਫਿਲਾਸਫੀ ਨੂੰ ਸੈਕੂਲਰ ਮਾਡਲ ਦੇ ਨਾਲ ਡਾਇਲੈਕਟ ਕਰਕੇ ਇਸ ਧਰਤੀ ਦਾ ਪੋਲੀਟੀਕਲ ਮਾਡਲ ਨਹੀਂ ਕਰ ਸਕਦਾ। ਸੋ ਉਹ ਸੁਧਾਰਕ ਦਾ ਕੰਮ ਕਰ ਸਕਦੇ। ਸੋ ਮਾਰਕਸਿਜ਼ਮ ਵੀ ਇਹਦੇ ਵਿੱਚ ਹੀ ਕਹਿ ਰਿਹਾ, ਅਤੇ ਜਿਹੜੇ ਟ੍ਰਾਈਬਲ ਗਰੁੱਪਸ ਹਨ, ਕਾਸਟ ਦੇ ਨੁਕਤੇ ਤੋਂ ਗਰੁੱਪ ਹਨ, ਉਹ ਇੱਕ ਫੀਅਰ ਦੇ ਵਿੱਚੋਂ ਕੀਤੀਆਂ ਗਈਆਂ ਕੰਸਟਰਕਸ਼ਨਸ ਹਨ ਜਿਹੜੇ ਕੁਝ ਨੈਗੇਟਿਵਿਟੀ ਨੂੰ ਚੈਲੇਂਜ ਕਰਦੇ ਹਨ ਅਤੇ ਆਪਣੀ ਸੁੱਚਤਾ ਅਤੇ ਸੀਮਾਵਾਂ ਨੂੰ ਪੱਠਾ ਹੰਢਾਉਂਦੇ ਹਨ। ਜਿਹੜੇ ਸਿੱਖਿਜ਼ਮ ਆ ਇਹਦੇ ਕੋਲ ਇੱਕ ਸਕੋਪ ਆ ਇਹਦੀਆਂ ਟ੍ਰੈਡੀਸ਼ਨਸ ਦੇ ਵਿੱਚ, ਪਰ ਸਿੱਖਿਜ਼ਮ ਨੂੰ ਜਿਵੇਂ ਆਲੂਵਾਲੀਆ ਸਾਹਿਬ ਨੇ ਲਿਖਿਆ, ਆਪਣਾ ਕ੍ਰਿਸ਼ਨ ਸਿੰਘ ਨੇ ਵੀ ਲਿਖਿਆ, ਹੋਰ ਸਕਾਲਰਸ ਨੇ ਵੀ ਲਿਖਿਆ ਕਿ ਇਹਦੀਆਂ ਟ੍ਰੈਡੀਸ਼ਨਸ ਜਿਹੜੀਆਂ ਉਹ ਫਿਊਡਲਾਈਜ਼ ਹੋ ਚੁੱਕੀਆਂ। ਸੋ ਇਹਦੀ ਡੋਮੀਨੈਂਸ ਜਿਹੜੀ ਆ ਉਹ ਫਿਊਡਲਾਈਜ਼ ਟ੍ਰੈਡੀਸ਼ਨ ਦੀ ਆ ਅਤੇ ਉਹਨਾਂ ਦੀ ਸਾਈਕੋਲੋਜੀ, ਉਹਨਾਂ ਦੇ ਬੋਡੀ ਪਸਾਰ, ਉਹ ਸਾਰੇ ਸਟਰਕਚਰ ਜਿਹੜੇ ਆ ਉਹ ਚੰਗਿਆਈਆਂ ਦੇ ਸੀਮਾਵਾਂ ਦੇ ਬਾਵਜੂਦ ਕੁਝ ਕੌਨਸ਼ੀਅਸਲੀ ਕੁਝ ਅਨਕੌਨਸ਼ੀਅਸਲੀ ਉਹ ਸਾਰਾ ਦਖਲ ਇੱਕ ਬੜਾ ਮਿਲਵੇਂ ਰੂਪ 'ਚ ਚੱਲਦਾ, ਜਿਹਦੇ ਨਾਲ ਥੋੜ੍ਹਾ ਜਿਹਾ ਸਿੰਘ ਸਭਾ ਨੇ ਆ ਕੇ ਕੁਝ ਉਹਦਾ ਕੰਟਰੋਲ ਕੀਤਾ, ਪਰ ਉਹਦੇ ਵਿਦਨ ਵੀ ਉਹਨੂੰ ਅਸਟੈਬਲਿਸ਼ ਕਰ ਲਿਆ ਅਤੇ ਹੁਣ ਜਿਹੜੇ ਸਿੰਘ ਸਭਾ ਦੇ ਵੀ ਜਿਹੜੇ ਸੈਂਟਰ ਹਨ ਉਹ ਵੀ ਤਕਰੀਬਨ ਜਿਹੜੇ ਆ ਉਹ ਹਾਈਜੈਕ ਹੋ ਚੁੱਕੇ ਹਨ। ਸੋ ਇਹਨਾਂ ਕੋਲੋਂ ਜਿਹੜੇ ਮਾਡਲ ਬਣਦੇ ਹਨ, ਜਿਵੇਂ ਕਿ ਰਾਸ਼ਟਰਵਾਦ ਦੇ ਉਲਟ ਇੱਕ ਮਾਡਲ ਬਣਦਾ ਆ, ਇੱਕ ਰਾਸ਼ਟਰਵਾਦ ਦੇ ਵਿਦਨ ਜਿਹੜਾ ਆ ਉਹ ਅਤੇ ਪੰਜਾਬ ਤੱਕ ਸੀਮਤ ਕਲਚਰਲ ਆਸਪੈਕਟ ਨੂੰ ਸੈਕੂਲਰਾਈਜ਼ ਨੁਕਤੇ ਤੋਂ ਡੋਮੀਨੇਟ ਕੀਤਾ ਜਾਵੇ, ਉਹ ਟ੍ਰਾਈਬਲ ਗਰੁੱਪ, ਇਸ ਕਰਕੇ ਉਹ ਪੋਲਿਟੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਉਹ ਗਰੁੱਪਸ ਵੀ ਬਣੇ ਹੋਏ ਹਨ। ਸੋ ਇਸ ਤਰ੍ਹਾਂ ਦੇ ਗਰੁੱਪਸ ਦੀ ਫਾਰਮੇਸ਼ਨ ਇੱਥੇ ਹੁੰਦੀ ਹੈ। ਸੋ ਇਹ ਤਿੰਨਾਂ ਦੀ ਸਪਿਰਿਟ ਦੇ ਵਿੱਚ ਇੱਕ ਸਾਰਤਾ ਚੱਲਦੀ ਹੈ, ਇਹ ਕੋਈ ਉਹਦੇ ਤੋਂ ਬਾਗੀ ਨਹੀਂ ਰਹਿੰਦੇ, ਇਹ ਇੱਕ ਦੂਜੇ ਨਾਲ ਲੜਦੇ ਹੋਏ ਵੀ ਇੱਕ ਸੁਰ ਹੁੰਦੇ ਹਨ, ਇਹਨਾਂ ਦੀ ਸਾਈਕੀ ਇੱਕ ਦੂਜੇ ਨੂੰ ਫੀਡ ਕਰਦੀ ਹੈ, ਕਿਉਂਕਿ ਉਹ ਜਿਹੜਾ ਟ੍ਰਾਈਬਲ ਐਲੀਮੈਂਟ ਆ ਜਾਂ ਫਿਊਡਲਾਈਜ਼ਡ ਇਮੈਜੀਨੇਸ਼ਨ ਆ ਉਹਨੇ ਆਪਣੀ ਪੋਲਿਟੀ ਦੇ ਪੈਟਰਨ ਬਣਾਉਣੇ, ਉਹ ਪੋਲਿਟੀ ਨੂੰ ਵੱਖਰਾ ਖੋਲਣਾ ਚਾਹੀਦਾ, ਉਹਦੇ ਬੜੇ ਹੀ ਡੇਂਜਰਸ ਆਸਪੈਕਟ ਬਣਦੇ। ਸੋ ਜਿਹੜਾ ਇਹ ਨੁਕਤਾ ਜਿਹੜਾ ਹੈ ਇਹ ਇੱਥੇ ਪਿਆ ਹੋਇਆ। ਸੋ ਇਸ ਤਰ੍ਹਾਂ ਜਿਹੜਾ ਆ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਕਲੋਜ਼ਡ ਮੈਟਾਫਿਜ਼ਿਕਸ ਆ ਇਹਨੂੰ ਜਦੋਂ ਇੰਡੀਆ ਨੇ ਪ੍ਰੈਕਟਿਸ ਕੀਤਾ ਤਾਂ ਉਹਨੇ ਇੱਕ ਵੱਡਾ ਮਾਡਲ ਪੈਦਾ ਕਰ ਲਿਆ ਮੈਜੋਰਿਟੀ ਨੇ, ਮੈਂ ਨਾਂ ਨਹੀਂ ਲੈ ਰਿਹਾ ਕਿਸੇ ਪਾਰਟੀ ਦਾ। ਉਹਨਾਂ ਨੇ ਇਹ ਕੀਤਾ ਕਿ ਜਿਹੜਾ ਹਿੰਦੂਇਜ਼ਮ ਹੈ ਇਹ ਸਪਿਰਚੁਅਲ ਰਿਐਲਿਟੀ ਨਹੀਂ ਹੈ, ਇਹ ਇੰਡੀਆ ਦੀ ਕਲਚਰਲ ਰਿਐਲਿਟੀ। ਜਿਵੇਂ ਉਹਨਾਂ ਨੇ ਵੈਸਟ ਦੀ ਰੇਸ ਨੇ, ਵਾਈਟ ਰੇਸ ਨੇ ਕ੍ਰਿਸਚੈਨਿਟੀ ਦੀ ਓਵਰ ਸ਼ੈਡੋ ਨੂੰ ਸੈਕੂਲਰਾਈਜੇਸ਼ਨ ਦੇ ਮਾਡਲ 'ਚ ਢਾਲ ਰਿਹਾ, ਇਹਨਾਂ ਨੇ ਉਹਨੂੰ ਕਲਚਰਲ ਮਾਡਲ 'ਚ ਢਾਲ ਰਿਹਾ। ਤੇ ਹੁਣ ਇਸ ਵੇਲੇ ਇਹਨੂੰ ਚੈਲੇਂਜ ਕਰਨਾ ਬਹੁਤ ਵੱਡੀ ਲੋੜ,
ਕਿਉਂਕਿ ਜਿਵੇਂ ਵੈਸਟ ਨੇ ਦ ਰਿਲੀਜਨ ਦਾ ਨੁਕਸਾਨ ਕੀਤਾ, ਇਸ ਤਰ੍ਹਾਂ ਜਿਹੜਾ ਇੱਥੇ ਵੀ ਦ ਰਿਲੀਜਨ, ਰਿਲੀਜਨ ਦੀ ਸਪਿਰਿਟ ਜਿਹੜੀ ਆ ਤੇ ਉਹਦੇ ਚ ਉੱਭਰਦੇ ਗਿਆਨ ਸ਼ਾਸਤਰ ਦਾ ਜਿਹੜਾ ਇੱਕ ਸਟ੍ਰੈਟਜਿਕ ਤੌਰ ਦੇ ਉੱਤੇ ਉਹਨੂੰ ਜਿਹੜਾ ਤਬਾਹ ਕਰਨ ਦਾ ਜਿਹੜਾ ਰਾਹ ਵੱਡਾ ਪੈਦਾ ਹੋ ਚੁੱਕਾ ਆ। ਸੋ ਇਹਦੇ ਵਿਧਨ ਜਿਹੜਾ ਗੁਰੂ ਤੇਗ ਬਹਾਦਰ ਨੇ ਫਿਕਸ ਹੋ ਸਕਦਾ ਇਸ ਰਾਸ਼ਟਰੀ ਭਾਵਨਾ ਦੇ ਵਿੱਚ। ਸੋ ਇਸ ਕਰਕੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਕੋਲ ਕੀ ਮਾਡਲ ਆ, ਉਹਨਾਂ ਕੋਲ ਮਾਡਲ ਯੂਨਿਟੀ ਤੇ ਯੂਨੀਫਾਰਮਿਟੀ ਦੀ ਵੱਖਰਤਾ ਪੈਦਾ ਕਰਕੇ ਪਤਾ ਲੱਗ ਸਕਦਾ ਜਿਹਨੂੰ ਅਰਬਿੰਦੂ ਨੇ ਕਿਹਾ। ਸੋ ਯੂਨੀਫਾਰਮਿਟੀ ਜਿਹੜੀ ਆ ਉਹ ਡਿਫਰੈਂਟ ਚੀਜ਼ ਆ, ਉਹ ਗੁਰੂ ਤੇਗ ਬਹਾਦਰ ਉਹਦੇ ਵਿੱਚ ਬੈਸਟੋ ਕਰ ਰਹੇ ਹਨ, ਉਹਦੇ ਹੋਲ ਦੇ ਵਿਦਨ ਇੱਕ ਯੂਨਿਟ ਦੇ ਤੌਰ ਤੇ ਕੰਟਰੀਬਿਊਟ ਨਹੀਂ ਕਰ। ਤੁਸੀਂ ਇਸ ਟੌਪਿਕ ਦੇ ਵਿੱਚ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਥਾਂ ਦੇ ਉੱਤੇ ਮੈਂ ਸੋਚਿਆ ਲਾ ਕੇ ਰਾਸ਼ਟਰੀ ਭਾਵਨਾਤਮਕ ਏਕਤਾ ਤੇ ਗੁਰੂ ਤੇਗ ਬਹਾਦਰ, ਜੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਟਾ ਕੇ ਅਸੀਂ ਕੋਈ ਮੈਥੋਲੋਜੀਕਲ ਕਰੈਕਟਰ ਗੋਡ ਰੱਖ ਕੇ ਦੇਖੀਏ ਫਿਰ ਕੀ ਬਣਦਾ, ਉਹ ਇੱਕ ਬੜਾ ਅਜੀਬੋ ਗਰੀਬ ਮਾਹੌਲ ਬਣ ਜਾਏਗਾ। ਸੋ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਗੱਲ ਤੋਂ ਬਚਾਉਣ ਦੀ ਲੋੜ ਹੈ ਕਿ ਉਹ ਇੱਕ ਯੂਨਿਟ ਦੇ ਤੌਰ ਤੇ ਇਹਦੇ ਚ ਕੰਟਰੀਬਿਊਟ ਕਰ ਰਹੇ ਹਨ ਇਸ ਲੀਨੀਅਰ ਸਟਰਕਚਰ ਦੇ ਹੋਲ ਦੇ ਵਿੱਚ। ਸੋ ਇਹ ਵੱਡੀ ਵੱਡੀ, ਸੋ ਇਹ ਇਸ ਵਿਸ਼ੇ ਨੂੰ ਨੈਗੇਟਿਵ ਦਿਸ਼ਾ ਵਿੱਚ ਲੈ ਗਈ। ਸੋ ਇਸ ਵਿਸ਼ੇ ਦੇ ਜਿਹੜੇ ਪਵਿੱਤਰ ਛਿਣ ਹਨ ਉਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਰੂਪ ਹੈ ਏਕ ਓਂਕਾਰ, ਉਹਦੇ ਰਾਹੀਂ ਇਹ ਵੈਸਟ ਦਾ ਤੇ ਈਸਟ ਦਾ ਤੇ ਜਿਹੜਾ ਕਾਜ਼ੀ ਦੇ ਰਾਹੀਂ ਟ੍ਰਾਈਬਲ ਤੇ ਰੇਸ਼ੀਅਲ ਮਿਕਸਚਰ ਵਾਲਾ ਜਿਹੜਾ ਔਰੰਗਜ਼ੇਬ ਹੈ ਇਹਦਾ ਸਟਰਕਚਰ ਟੁੱਟਦਾ ਇਹਦੇ ਰਾਹੀਂ। ਨਹੀਂ ਤੇ ਇਹ ਦਵੰਦ ਜਿਹੜਾ ਆ ਸਾਨੂੰ ਸੁਧਾਰਕ ਚੰਗਿਆਈਆਂ 'ਚ ਲੈ ਕੇ ਜਾਏਗਾ ਤੇ ਇੱਕ ਬੜੀ ਗਿਆਨ ਦੇ ਸੈਕੂਲਰ ਮਾਡਲ ਨਾਲ ਐਡਜਸਟ ਕਰਦੇ ਹੋਏ ਆਪਣੇ ਬਾਇਸਿਸ ਵਾਲੀ ਪੋਲੀਟਿਕਸ ਤੇ ਆਪਣੇ ਮਜੋਰੀਟੇਰੀਅਨ ਜਾਂ ਜਿਹੜੀ ਆ ਸੈਕੂਲਰਿਜ਼ਮ ਦੇ ਫੈਸ਼ਨ ਦੇ ਥੱਲੇ ਜਿਹੜੀ ਸਾਡੀ ਏਸ਼ੀਆ ਦੀ ਐਜੂਕੇਸ਼ਨ ਬਚੀ ਹੋਈ ਆ ਉਹ ਆਪਣੇ ਸੁਧਾਰਕ ਪੋਜੀਸ਼ਨਾਂ ਦੇ ਨੁਕਤੇ ਤੋਂ ਇਸ ਚੀਜ਼ ਨੂੰ ਆਈਡੀਲਾਈਜ਼ ਕਰਦੀ ਜਾਏਗੀ ਤੇ ਗੁਰੂ ਬਿੰਬ ਜਿਹੜਾ ਆ ਉਹ ਆਪਣੀ ਓਰਿਜਨੈਲਿਟੀ ਤੇ ਆਪਣੀ ਯੂਨੀਵਰਸੈਲਿਟੀ ਦਾ ਕੋਈ ਗਿਆਨ ਸ਼ਾਸਤਰ ਨਹੀਂ ਦਿਸਦੇ। ਸੋ ਇਹ ਨੁਕਤਾ ਜਿਹੜਾ ਸਮਝਣ ਦੀ ਲੋੜ ਆ। ਸੋ ਇਹਦੇ ਵਿੱਚ ਗੁਰੂ ਸਾਹਿਬ ਨੇ ਇਸ ਦਿਬੰਧ ਨੂੰ ਰਿਜ਼ੋਲਵ ਕੀਤਾ ਜਿਹੜਾ ਵੈਸਟ 'ਚ ਵੀ ਬਣਿਆ ਹੋਇਆ ਤੇ ਜਿਹੜਾ ਆਪਣਾ ਪੂਰਬ 'ਚ ਵੀ ਬਣਿਆ, ਭਾਰਤ 'ਚ ਵੀ ਬਣਿਆ ਤੇ ਸਿੱਖਾਂ ਦੇ ਵਿਧਨ ਵੀ ਬਣਿਆ ਜਿਹੜੇ ਟ੍ਰਾਈਬਸ ਹਨ। ਟ੍ਰਾਈਬਲ ਮੈਂ ਇਨੋ ਸੈਂਸ ਨੂੰ ਨਹੀਂ ਕਹਿ ਰਿਹਾ, ਉਹ ਟ੍ਰਾਈਬ ਜਿਹੜੇ ਰੇਸ ਦੇ ਕੰਪਲੈਕਸ ਦੇ ਵਿੱਚ ਆ ਕੇ ਸੋਸ਼ਲ ਪੋਲੀਟੀਕਲ ਅਪਲਿਫਟਮੈਂਟ ਤੋਂ ਬਾਅਦ ਆਪਣੇ ਆਪ ਨੂੰ ਮੇਨਟੇਨ ਕਰਨਾ ਚਾਹੁੰਦੇ ਰੇਸ ਦੇ ਆਈਡੀਅਲਿਜ਼ਮ ਦੇ ਵਿੱਚ, ਰੇਸ ਦੀ ਇਮੈਜੀਨੇਸ਼ਨ ਦੇ ਵਿੱਚ ਗਰਾਊਂਡ ਕਰਨਾ ਚਾਹੁੰਦੇ ਤੇ ਉਹ ਆਪਣੇ ਹੀ ਟ੍ਰਾਈਬਸ ਦੇ ਥੱਲੜੀ ਇਨੋ ਸੈਂਸ ਨੂੰ ਮਿਸਯੂਜ਼ ਕਰਦੇ ਆ ਉਹਦੀ ਸਾਈਕੀ ਦੇ ਪੈਟਰਨ, ਉਹਦੇ ਬਿਹੇਵੀਅਰ ਪੈਟਰਨ ਨੂੰ। ਸੋ ਇਸ ਤਰ੍ਹਾਂ ਹਿਸਟਰੀ ਦੀ ਮੇਕਿੰਗ ਦੇ ਤਣਾਅ ਭਾਰਤ ਵਿੱਚ ਬਣੇ ਹੋਏ ਆ। ਸੋ ਇਹਦੇ 'ਚ ਗੁਰੂ ਸਾਹਿਬ ਜਿਹੜੇ ਆ ਉਹਨਾਂ ਨੇ ਜਿਹੜਾ ਅਕਾਲ ਤਖ਼ਤ ਪੇਸ਼ ਕੀਤਾ ਸਿੱਖ ਟ੍ਰੈਡੀਸ਼ਨ ਨੇ, ਉਹਦੇ ਵਿੱਚ ਜਿਹੜਾ ਅਕਾਲ ਤਖ਼ਤ ਦਾ ਪੋਲੀਟੀਕਲ ਸੈਂਟਰ ਆ ਉੱਥੇ ਸ਼ਬਦ ਗੁਰੂ ਜਿਹੜਾ ਉਹਦਾ ਪ੍ਰਕਾਸ਼, ਨਾਲ ਉਹਦੇ ਨਾਲ ਐਂਥਰੋਪੋਲੋਜੀ ਦੀ ਰਿਪ੍ਰਜੈਂਟੇਸ਼ਨ ਦਾ ਦਸਮ ਗ੍ਰੰਥ ਉੱਥੇ ਪ੍ਰਕਾਸ਼ਿਤ ਆ। ਸੋ ਐਂਥਰੋਪੋਲੋਜੀ ਦੇ ਅੰਦਰ ਜਿਹੜਾ ਸ਼ਕਤੀ ਨਿਯਮ ਪਿਆ ਹੋਇਆ ਦਸਮ ਗ੍ਰੰਥ ਦਾ, ਉਹਦੇ 'ਚ ਨਾਦ ਦਾ ਨਿਯਮ ਵੀ ਪਿਆ ਹੋਇਆ ਮਨਮੋਹਨ ਸਿੰਘ ਜੀ ਨੇ ਦੱਸਿਆ ਜਿਵੇਂ, ਸੋ ਉਹ ਸਾਰੇ ਪਸਾਰ ਉਹਦੇ ਵਿੱਚ ਪਏ ਹੋਏ ਆ ਜਿਹੜੇ ਸ਼ਬਦ ਨੂੰ ਸਰਵ ਕਰਦੇ। ਸੋ ਐਂਥਰੋਪੋਲੋਜੀ ਆਪਣੀਆਂ ਅਸਥੈਟਿਕ ਕੰਸਟਰਕਸ਼ਨ ਦੇ ਰਾਹੀਂ ਟਾਈਮ ਦੀ, ਇਸੇ ਕਰਕੇ ਦਸਮ ਗ੍ਰੰਥ ਕਾਲ ਦਾ ਗ੍ਰੰਥ ਹੈ, ਗੁਰੂ ਗ੍ਰੰਥ ਅਕਾਲ ਦਾ ਗ੍ਰੰਥ, ਇਹਨਾਂ ਦੇ ਰਿਲੇਸ਼ਨਸ ਜਿਹੜੇ ਉਹ ਬਣਾਏ ਗਏ ਤੇ ਉਹਨੂੰ ਜਿਹੜਾ ਰਿਪ੍ਰਜੈਂਟ ਕਰਨ ਵਾਲਾ ਆ ਉਹ ਜਿਹੜਾ ਖਾਲਸਾ ਆ ਜਾਂ ਉਹ ਮਾਰਸ਼ੈਲਿਟੀ ਹੈ ਜਿਹੜੀ ਸੰਗਤ ਦੇ ਹਵਾਲੇ, ਇਹ ਗੱਲ ਸੋਚਣ ਵਾਲੀ, ਉਹ ਪ੍ਰੀਸਟ ਦੇ ਹਵਾਲੇ ਨਹੀਂ ਗੀ, ਉਹ ਕਾਜ਼ੀ ਦੇ ਹਵਾਲੇ ਨਹੀਂ ਗੀ, ਨਾ ਹੀ ਉਹ ਫਿਲੋਸਫਰ ਦੇ ਹਵਾਲੇ ਆ ਜਿਹੜੀ ਕਿ ਵੈਸਟਰਨ ਕੰਸਟਰਕਸ਼ਨ ਦੇ ਵਿੱਚ ਫਿਲੋਸਫੀ ਨੂੰ ਜਿਹੜਾ ਉਹ ਉਸ ਪੋਜੀਸ਼ਨ ਦੇ ਵਿੱਚ ਲਿਆਂਦਾ ਗਿਆ ਗਿਆਨ ਦੇ ਵਿੱਚ। ਸੋ ਮੇਰਾ ਮਤਲਬ ਆ ਵੀ ਉਹ ਗੱਲ ਨੂੰ ਸਮਝਣ ਦੀ ਲੋੜ ਆ।
ਸੋ ਦੂਜੀ ਗੱਲ ਜਿਹੜੀ ਹੈ ਗੁਰੂ ਕਿਉਂਕਿ ਸ਼ਬਦ ਆ ਉਹਦਾ ਸ਼ਬਦ ਰੂਪ ਜਿਹੜਾ ਉਹ ਨਾਮ ਦੀ ਪ੍ਰਾਈਮੇਸੀ ਦੇ ਵਿੱਚ ਸ਼ਬਦ ਹੈ ਤੇ ਨਾਲੇ ਉਹ ਕਨਵਰਟੇਬਲ ਆ। ਸੋ ਇਹ ਵਰਲਡ ਰਿਲੀਜੀਅਨਸ ਨੂੰ ਵਰਲਡ ਫਿਲਾਸਫੀ ਨੂੰ ਡੁਐਲਿਟੀਜ਼ ਨੂੰ ਮੇਟਣ ਦੇ ਲਈ ਗੁਰੂ ਘਰ ਦੀ ਸਭ ਨੂੰ ਵੱਡੀ ਕੰਟਰੀਬਿਊਸ਼ਨ ਇਹ ਹੈ ਤੇ ਇਹਦੇ ਉੱਤੇ ਕਾਫੀ ਕੰਸਨਟ੍ਰੇਸ਼ਨ ਦੇਣੀ ਚਾਹੀਦੀ ਹੈ। ਮੈਂ ਇੱਕ ਸੁਜੈਸ਼ਨ ਦੇ ਰਿਹਾ ਕਿ ਨਾਮ ਪ੍ਰਾਈਮੇਸੀ ਜਿਹੜੀ ਆ ਇਹ ਫੋਕ ਨਾਲ ਜੋੜਦੀ, ਨਾਮ ਦੇ ਵਿੱਚ ਰਸ ਹੁੰਦਾ, ਲੈਂਗੁਏਜਸ ਹੁੰਦੀਆਂ, ਸੋਸ਼ਲ ਇਮੇਜਸ ਹੁੰਦਾ, ਜੋਗ੍ਰਾਫੀ ਹੁੰਦੀ ਆ, ਲੋਕ ਹੁੰਦੇ ਆ, ਉਹਦੇ ਚ ਤਰਸ ਹੁੰਦਾ, ਉਹਦੇ ਚ ਰਿਲੇਸ਼ਨਸ ਹੁੰਦੇ ਆ। ਸੋ ਨਾਮ ਦੀ ਪ੍ਰਾਈਮੇਸੀ ਚ ਗੁਰੂ ਗ੍ਰੰਥ ਸਾਹਿਬ ਰਾਹ ਵਿੱਚ ਆ, ਨਾਮ ਪ੍ਰਾਈਮੇਸੀ ਚ ਆ, ਪਰ ਉਹਦਾ ਸਟੇਟਸ ਗੁਰੂ ਆ। ਸੋ ਗੁਰੂ ਦੇ ਵਿੱਚ ਜਿਹੜੇ ਆ ਪਿਓਰ ਮੈਟਾਫਿਜ਼ੀਕਲ, ਪਿਓਰ ਮੈਥਮੈਟੀਕਲ ਸਪੇਸ ਦੇ ਰੈਲਮਸ ਅਨਫੋਲਡ ਹੁੰਦੇ ਆ, ਪਰ ਉਹਦਾ ਜਿਹੜਾ ਦੇਹ ਆ ਉਹ ਨਾਮ ਰਸੀ ਹੈ ਤੇ ਇਹ ਇੱਕ ਦੂਜੇ ਚ ਕਨਵਰਟੇਬਲ ਹੈ। ਸੋ ਸੂਫੀ ਤੇ ਕਾਜ਼ੀ ਦਾ ਟਕਰਾਅ ਹੋ ਸਕਦਾ, ਬ੍ਰਾਹਮਣਵਾਦ ਦਾ ਤੇ ਭਗਤ ਦਾ ਟਕਰਾਅ ਹੋ ਸਕਦਾ ਹੈ, ਇਹ ਟਕਰਾਅ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ। ਇਹਦਾ ਸੋਸ਼ਲ ਤੇ ਪੋਲੀਟੀਕਲ ਆਸਪੈਕਟ ਖੋਲਣ ਦੀ ਲੋੜ ਆ, ਜਿਹਦੇ ਚ ਇਹ ਨੇਸ਼ਨ ਦੀ ਕੰਸਟਰਕਸ਼ਨ ਜਿਹੜੀ ਆ ਭਾਵਨਾਤਮਕ ਏਕਤਾ ਦਾ ਪਸਾਰ ਪੈਦਾ ਹੋ ਸਕਦਾ। ਸੋ ਗੁਰੂ ਗ੍ਰੰਥ ਦਾ ਇਹ ਮਾਡਲ ਜਿਹੜਾ ਗੁਰੂ ਨਵੇਂ ਪਾਤਸ਼ਾਹ ਲਿਵ ਕਰ ਰਹੇ ਹਨ, ਇਹ ਮਾਡਲ ਭਾਰਤ ਦੇ ਧਰਮਾਂ ਦੀ ਵਰਾਇਟੀ ਨੂੰ, ਭਾਰਤ ਦੇ ਵਿੱਚ ਮੈਟਾਫਿਜ਼ੀਕਲ ਚਿੰਤਨ ਤੇ ਐਗਜਿਸਟੈਂਸ਼ੀਅਲ ਚਿੰਤਨ ਦੀਆਂ ਪੋਜੀਸ਼ਨਸ ਦੀ ਯੂਨਿਟੀ ਨੂੰ, ਇੱਥੋਂ ਦੇ ਕਲਚਰਲ ਵੇਰੀਏਸ਼ਨ ਨੂੰ, ਇੱਥੋਂ ਦੇ ਟ੍ਰਾਈਬਸ ਨੂੰ ਤੇ ਇੱਥੋਂ ਦੇ ਜਿਹੜੇ ਮਨੁੱਖੀ ਸੁਭਾਅ ਦੇ ਨੁਕਤੇ ਤੋਂ ਜਿਹੜੀਆਂ ਸਾਰੀਆਂ ਵੇਰੀਏਸ਼ਨਸ ਆ ਉਹਨਾਂ ਨੂੰ ਇੱਕ ਯੂਨਿਟੀ ਦਾ, ਟਰਾਂਸਪੇਰੈਂਟ ਯੂਨਿਟੀ ਦਾ ਮਾਡਲ ਦਿੱਤਾ ਹੈ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਉਹਦੇ ਚ ਦਿੱਤਾ। ਹੁਣ ਮੈਂ ਆਖਰੀ ਪੁਆਇੰਟ ਜਿਹੜਾ ਪੇਸ਼ ਕਰਨਾ ਕਿ ਇਹ ਏਕੰਕਾਰ ਜਿਹੜਾ ਆ ਇਹ ਫਿਕਸਡ ਮੈਟਾਫਿਜ਼ੀਕਲ ਹੋਲ ਨਹੀਂ ਹੈ, ਇਹ ਕਲੋਜ਼ਡ ਮੈਟਾਫਿਜ਼ੀਕਲ ਹੋਲ ਨਹੀਂ ਹੈ। ਇਹਦਾ ਨਾਮ ਮੈਂ ਪੰਜਾਬੀ 'ਚ ਰੱਖਣ ਦੀ ਕੋਸ਼ਿਸ਼ ਕੀਤੀ ਆ, ਮੈਨੂੰ ਬਹੁਤਾ ਦਾਵਾ ਤਾਂ ਨਹੀਂ ਮੈਂ ਕਰਦਾ, ਮੈਂ ਇਹਦਾ ਨਾਂ ਰੱਖਿਆ ਮੌੜ ਦੀ ਨਿਸ਼ਚਿਤਤਾ। ਸੋ ਏਕੰਕਾਰ ਦਾ ਦਾਰਸ਼ਨਿਕ ਨਾਂ ਜੇ ਅਸੀਂ ਸੋਚੀਏ ਤਾਂ ਇਹ ਮੌੜ ਦੀ ਨਿਸ਼ਚਿਤਤਾ ਦਾ ਸੁਜੈਸ਼ਨ ਦੇ ਰਿਹਾ, ਮੈਂ ਇਹਨੂੰ ਕੋਈ ਇਸਟੈਬਲਿਸ਼ ਕਰਨ ਦੀ ਤਾਕਤ ਤਾਂ ਨਹੀਂ ਰੱਖਦਾ, ਸੋ ਮੈਂ ਸਕਾਲਰ ਦੇ ਸ਼ਰਨ 'ਚ ਰੱਖ ਰਿਹਾ। ਸੋ ਇਹ ਮੌੜ ਦੀ ਨਿਸ਼ਚਿਤਤਾ ਹੈ ਜਿਹਦੇ 'ਚ ਟਾਈਮ ਪਾਰਟੀਸਪੇਟ ਕਰਦਾ, ਸੋ ਟਾਈਮ ਦੀ ਰਿਐਲਿਟੀ ਪਾਰਟੀਸਪੇਟ ਕਰਦੀ ਹੈ, ਸੋ ਮਨੁੱਖ ਦਾ ਅਧੂਰਾਪਣ ਕਰਦਾ ਪਾਰਟੀਸਪੇਟ। ਸੋ ਇਹ ਕਿਸੇ ਰੈਫਰੈਂਸ 'ਚ ਨਹੀਂ ਚੱਲੇਗਾ, ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਉਹਨਾਂ ਦੀ ਸਾਖੀ ਆਉਂਦੀ, ਉਹਨਾਂ ਨੇ ਦਰਿਆ ਦੇ ਵਿੱਚ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਰੱਖਤਾ ਤੇ ਉਹ ਧੀਰਮੱਲ ਨੂੰ ਵਾਪਸ ਕਰਤਾ ਜਿਹਨਾਂ ਨੇ ਉਹਨਾਂ 'ਤੇ ਗੋਲੀ ਚਲਾਈ ਸੀਗੀ, ਜਿਹੜਾ ਸਿੰਘਾਂ ਮਸੰਦ ਸੀਗਾ। ਸੋ ਉਹਨਾਂ ਨੇ ਇਹਨੂੰ ਸਕ੍ਰਿਪਚਰ ਨਹੀਂ ਬਣਨ ਦਿੱਤਾ, ਮੈਂ ਇਹ ਕਹਿਣਾ ਚਾਹੁੰਦਾ, ਇਹਨੂੰ ਗੁਰੂ ਸਟੇਟਸ 'ਤੇ ਰੱਖਿਆ। ਸੋ ਧਰਮ ਗ੍ਰੰਥ ਤੇ ਸਕ੍ਰਿਪਚਰ ਤੇ ਗੁਰੂ ਸਟੇਟਸ, ਇਹਦਾ ਫਰਕ ਕਰਨ ਦੀ ਲੋੜ। ਜਿਹੜਾ ਸਕ੍ਰਿਪਚਰ ਹੁੰਦਾ ਉਹ ਰੈਫਰੈਂਸ 'ਚ ਰੱਖਦਾ ਲਾਈਫ ਨੂੰ, ਸੋ ਉਹ ਉਹਦੀ ਆਪਣੀ ਆਜ਼ਾਦ ਕੰਸਟਰਕਸ਼ਨ ਨਹੀਂ ਬਣਨ ਦਿੰਦਾ ਧਰਮ ਨੂੰ। ਸੋ ਇਹਦੇ 'ਚ ਗੁਰੂ ਇਸ ਧਰਮ ਦੇ ਵਿੱਚ, ਇਸ ਕਰਕੇ ਲਾਮੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਗੁਰੂ ਸਾਹਿਬ ਨੂੰ ਗੁਰੂ ਨਾਨਕ ਲਾਮਾ ਕਹਿੰਦੇ ਆ। ਸੋ ਉਹਦੇ 'ਚ ਨਾਸਤਿਕਤਾ ਵੀ ਜਿਹੜੀ ਉਹ ਸ਼ਾਮਿਲ ਹੋ ਸਕਦੀ ਹੈ ਇਸ ਮੌੜ ਦੀ ਨਿਸ਼ਚਿਤਤਾ ਦੇ ਵਿੱਚ। ਸੋ ਇਹ ਪਸਾਰ ਗੁਰੂ ਸਾਹਿਬ ਨੇ ਭਾਰਤ ਨੂੰ ਦਿੱਤਾ। ਇਸ ਮਾਡਲ ਤੋਂ ਬਗੈਰ ਭਾਰਤ ਜਿਹੜੇ ਆ ਉਹ ਆਪਣੀ ਦਵੰਦ ਦੇ, ਆਪਣੇ ਇਤਿਹਾਸ ਦੀ ਮੈਮਰੀ ਦੇ ਬਾਇਸਿਸ ਕਰਕੇ ਇਸ ਦਵੰਦ 'ਚ ਡਿੱਗਦਾ ਰਹੇਗਾ ਤੇ ਆਪਣੀਆਂ ਉਹ ਸਟ੍ਰੈਟਜੀਜ਼ ਬਣਾਉਂਦਾ ਰਹੇਗਾ ਜਿਹੜੀਆਂ ਨਵੇਂ ਪਸਾਰਾਂ ਨੂੰ ਕਨਿੰਗਲੀ ਯੂਜ਼ ਕੀਤਾ ਜਾਂਦਾ। ਇਸੇ ਕਰਕੇ ਜਿਹੜੇ ਇਹ ਆਰਥੋਡਾਕਸੀ ਦੇ ਸਟਰਕਚਰ ਜਿੰਨੇ ਵੀ ਭਾਰਤ 'ਚ ਪੈਦਾ ਹੋਣਗੇ ਉਹ ਕਨਿੰਗ ਹੋਣਗੇ, ਉਹ ਡਾਇਲਗ ਦਾ ਬੋਝ ਨਹੀਂ ਸਹਿ ਸਕਣਗੇ, ਉਹ ਆਪਣੇ ਆਪ ਨੂੰ ਨਵੇਂ ਅਸਟੈਬਲਿਸ਼ਡ ਜਿਹੜੇ ਮਾਡਲਸ ਆ, ਪੈਟਰਨਸ ਆ, ਕਨਸੈਪਸ਼ਨਸ ਆ, ਉਹਦੀ ਅਟਰੈਕਸ਼ਨ ਦੇ ਵਿੱਚ ਬੜੀ ਗਤੀਸ਼ੀਲਤਾ ਨਾਲ ਲਿਆਉਂਦੇ ਰਹਿਣਗੇ ਤੇ ਬਦਲਦੇ ਰਹਿਣਗੇ, ਸਥਿਰ ਨਹੀਂ ਰਹਿਣਗੇ।
ਸੋ ਉਹਨਾਂ ਦੀ ਜਿਵੇਂ ਜ਼ਫਰਨਾਮੇ ਚ ਆਉਂਦਾ ਸ਼ਤਾਬੀ ਬਵਦਕਾਰੇ ਅਹਿਰਮਨਾ, ਇਹ ਕਾਲੀ ਸ਼ੈਤਾਨ ਦਾ ਕੰਮ ਹੈ। ਸੋ ਇਹ ਆਰਥੋਡਾਕਸੀ ਏਸ਼ੀਆ ਦੇ ਵਿੱਚ ਇਹ ਰਿਪ੍ਰਜੈਂਟ ਆਪਣੇ ਆਪ ਨੂੰ ਪਿਉਰਿਟਨਿਜ਼ਮ ਦੇ ਰਾਹੀਂ ਤੇ ਸੁੱਚੇ ਆਦਰਸ਼ਾਂ ਰਾਹੀਂ ਕਰਦੀ ਆ, ਪਰ ਆਪਣੀ ਪੋਲਿਟੀ ਤੇ ਆਪਣੀ ਵਿਹਾਰਿਕਤਾ ਦੇ ਜਿਹੜੇ ਮਾਡਲ ਬਣਾਉਂਦੀ ਆ ਉਹ ਇੱਕ ਕਨਿੰਗਨੈਸ ਦੇ ਵਿੱਚੋਂ ਬਣਾਉਂਦੀ ਆ, ਡਾਇਲੋਗ ਤੋਂ ਬਗੈਰ ਬਣਾਉਂਦੀ ਆ, ਤੇ ਨੈਗੇਟਿਵਿਟੀਜ਼ ਨੂੰ ਯੂਜ਼ ਕਰਕੇ ਅਫਵਾਹਾਂ ਦੇ ਸਿਰ ਤੇ ਇਹ ਸਟਰਕਚਰ ਬਣਦੇ ਆ। ਇਸ ਕਰਕੇ ਤੇ ਉਹ ਮੌਕਾ ਪ੍ਰਦਾਨ ਕਰਦੇ ਆ ਜਿਹੜੇ ਅਧੂਰੇ ਸੈਕੂਲਰ ਮਾਡਲਸ ਹਨ ਕਿ ਉਹਨਾਂ ਨੂੰ ਉਹ ਸਟੈਪ, ਇਸ ਕਰਕੇ ਉਹਨਾਂ ਦਾ ਡਾਇਲੋਗ ਅਧੂਰੀ ਆਰਥੋਡਾਕਸੀ ਨਾਲ ਹੀ ਹੁੰਦਾ, ਰਿਲਾਈਜ਼ਡ ਆਰਥੋਡਾਕਸੀ ਨਾਲ ਕਦੀ ਵੀ ਇਹ ਡਾਇਲੋਗ ਨਹੀਂ ਹੁੰਦਾ ਇੰਡੀਆ ਦੇ ਵਿੱਚ। ਜਿਵੇਂ ਵੈਸਟ ਨੇ ਜਿਹੜਾ ਆ ਉਹ ਭਾਰਤੀ ਗਿਆਨ ਦੇ ਜਿਹੜੇ ਟੈਕਸਟ ਸੀਗੇ ਉਹਨਾਂ ਨਾਲ ਡਾਇਲੋਗ ਨਹੀਂ ਕੀਤਾ। ਸੋ ਇਹ ਡਾਇਲੋਗ ਹੋਣਾ ਜ਼ਰੂਰੀ ਹੈ, ਗੁਰੂ ਨੇ ਇਹ ਡਾਇਲੋਗ ਕਰਕੇ ਦਿੱਤਾ। ਸੋ ਆਖਰੀ ਜਿਹੜਾ ਪੁਆਇੰਟ ਹੈ ਕਿ ਗੁਰੂ ਸਾਹਿਬ ਨੇ ਨਾਮ ਸਿਮਰਨ ਪ੍ਰਾਈਮੇਸੀ ਦੇ ਰਾਹੀਂ ਅਦਰ ਦੀ ਡਰੀ ਹੋਈ ਲੋੜ ਨੂੰ ਖਤਮ ਕਰ ਦਿੱਤਾ। ਇੱਥੇ ਅਦਰ ਜਿਹੜਾ ਇੱਕ ਡਰ ਚੋਂ ਚਾਹੀਦਾ ਆ, ਤੇ ਉਹਦੇ ਚ ਹਰ ਇੱਕ ਆਰਥੋਡਾਕਸੀ ਨੂੰ ਧਰਮ ਨੂੰ ਖਤਰਾ ਆ, ਹਿੰਦੁਸਤਾਨ ਨੂੰ ਖਤਰਾ, ਆਪਣੇ ਨੂੰ ਖਤਰਾ, ਉਹ ਖਤਰੇ ਦੇ ਲਵਾਦੇ ਦੇ ਵਿੱਚ ਲੁਕੀ ਹੋਈ ਇੱਕ ਕਨਿੰਗ ਸਟਰੈਟਜੀ ਆ ਜਿਹੜੀ ਕੁਝ ਖੜੋਤਮਈ ਵਿਚਾਰਾਂ ਤੋਂ ਸਿੰਬੋਲਿਕ ਐਨਰਜੀ ਦੇਣ ਵਾਲੇ ਮਾਡਲ ਵੀ ਪੈਦਾ ਕਰ। ਸੋ ਮੇਰਾ ਜਿਹੜਾ ਪੇਪਰ ਇਸ ਕਿਸਮ ਦਾ ਹੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਆ ਉਹਨੂੰ ਇੱਕ ਹਿਸਟਰੀ ਦਾ ਈਵੈਂਟ ਮੰਨ ਕੇ ਤੇ ਭਾਰਤੀ ਕਲਚਰਲ ਸੁਭਾਅ ਦੇ ਮੁਤਾਬਕ ਰਿਲੀਜੀਓਸਿਟੀ ਨੂੰ ਉਹਦੇ ਤੇ ਥੋਪ ਕੇ ਉਹਦੀ ਕਿਸੇ ਛੋਟੇ ਮੈਟਾਫਿਜ਼ੀਕਲ ਸਟਰਕਚਰ ਚੋਂ ਲੀਨੀਅਰਿਟੀ ਦੀਆਂ ਟੈਨਸ਼ਨ ਕਰਕੇ ਪੈਦਾ ਕੀਤੀ ਗਈ ਇੱਕ ਜਿਹੜੀ ਹੋਲ ਆ ਉਹਦੇ ਅਧੀਨ ਇੱਕ ਪਾਰਟ ਦੇ ਤੌਰ ਤੇ ਨਾ ਵਰਤਿਆ ਜਾਏ, ਬਲਕਿ ਭਾਰਤ ਦੇ ਕੋਲ ਇੱਥੋਂ ਦਾ ਜਿਹੜਾ ਇਲਾਜ ਆ ਇਸ ਧਰਤੀ ਦਾ ਉਹ ਨਾਮ ਸ਼ਬਦ ਕਨਵਰਟੀਬਿਲਿਟੀ ਤੇ ਨਾਮ ਪ੍ਰਾਈਮੇਸੀ ਦਾ ਫਲਸਫਾ ਬਣਨਾ ਚਾਹੀਦਾ ਆ। ਮੈਂ ਉਹਦੇ ਧਾਰਮਿਕ ਲਫ਼ਜ਼ ਬੋਲ ਰਿਹਾ, ਇਹਦੇ ਸੋਸ਼ਲ ਥਾਟ ਇਹਦੇ ਜਿਹੜੇ ਮਾਡਲ ਬਣਨੇ ਚਾਹੀਦੇ ਆ, ਨਹੀਂ ਤੇ ਵੈਰ ਵਿਰੋਧਾਂ ਦੀ ਹਿਸਟਰੀ ਜਿਹੜੀ ਆ ਪਿਉਰਿਟਨਿਜ਼ਮ ਦੀ ਬਾਹਰੋਂ ਆਇਆ ਦੀ, ਕੋਈ ਬਾਹਰੋਂ ਆ ਰਹੀ ਹੈ ਕਮਿਊਨਿਟੀਜ਼ ਆ, ਕੋਈ ਸ਼ੁੱਧੀਕਰਨ ਦੀ ਆ, ਕੁਝ ਟ੍ਰਾਈਬਲਿਜ਼ਮ ਦੀ ਆਪਣੀ ਪੋਲਿਟਿਕਸ ਆ ਇੰਡੀਆ ਦੇ ਵਿੱਚ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਮਾਲਵੇ ਦਾ 2 ਵਾਰੀ ਸਫ਼ਰ ਕੀਤਾ ਤੇ ਉੱਥੋਂ ਦੇ ਟ੍ਰਾਈਬਲਿਜ਼ਮ ਨੂੰ ਕਿੰਝ ਡੀਲ ਕੀਤਾ, ਤੇ ਉੱਥੋਂ ਦਾ ਟ੍ਰਾਈਬਲਿਜ਼ਮ ਗੁਰੂ ਦੇ ਅਗੇਂਸਟ ਕਿੰਝ ਆ, ਜਾਂ ਬਾਬਾ ਬਕਾਲਾ ਦਾ ਜਿਹੜਾ ਘੋਰਾ ਆ ਉਹਦੇ ਸਾਹਮਣੇ ਹੰਧਾਲੀਆਂ ਦਾ ਡੇਰਾ ਪਿਆ ਆ ਜਿਹੜਾ ਕਿ ਟ੍ਰਾਈਬਲ ਨੁਕਤੇ ਤੋਂ ਰਿਲੀਜਨ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਆ। ਸੋ ਗੁਰੂ ਸਾਹਿਬ ਜਿਹੜੇ ਆ ਉਹ ਕਿਸ ਤਰ੍ਹਾਂ ਇਹ ਸਾਰੇ ਸਟਰਕਚਰ ਤੋੜਦੇ ਆ, ਤੇ ਜਿਹੜਾ ਇਸ ਧਰਤੀ ਦਾ ਸ਼ਕਤੀ ਨਿਯਮ ਆ ਜਿਹਨੂੰ ਕੀਰਤਪੁਰ ਸਾਹਿਬ ਨੇ ਸਿੰਬੋਲੀਕਲੀ ਆਪਣੇ ਡਾਇਲੋਗ ਦੇ ਵਿੱਚ ਲਿਆਂਦਾ, ਤੇ ਉਹਦੇ ਵਿੱਚ ਜਿਹੜੀ ਪੀਰ ਬੁੱਢਣ ਸ਼ਾਹ ਦੇ ਰਾਹੀਂ ਜਿਹੜੀ ਭਗਤੀ ਸ਼ਕਤੀ ਦੀ ਜਿਹੜੀ ਇਸਲਾਮਿਕ ਪਰੰਪਰਾ ਆ ਉਹਦੀ ਪਿਓਰਿਟੀ ਨੂੰ, ਤੇ ਜਿਹੜੀ ਗੁਰੂ ਸਾਹਿਬ ਮਣੀਕਰਨ ਤੋਂ ਕੀਰਤਪੁਰ ਆਏ ਸੀ ਗੁਰੂ ਤੇਗ ਗੁਰੂ ਨਾਨਕ ਸਾਹਿਬ, ਤਾਂ ਜਿਹੜਾ ਮਣੀਕਰਨ ਹੈ ਉਹਦੇ ਵਿੱਚ ਅਰਧਨਾਰੀ ਈਸ਼ਵਰ ਦਾ ਸੈਂਟਰ ਵੀ ਹੈ ਤੇ ਉੱਥੇ ਹਰੀਹਰ ਦਾ ਸੈਂਟਰ ਵੀ ਹੈ, ਵਿਸ਼ਨੂੰ ਤੇ ਸ਼ਿਵਜੀ ਦੀ ਯੂਨਿਟੀ ਦਾ ਸੈਂਟਰ ਵੀ ਹੈ ਤੇ ਸਿੰਬੋਲੀਕਲੀ ਗਰਮ ਤੇ ਠੰਡੇ ਪਾਣੀ ਦਾ ਭਗਤੀ ਸ਼ਕਤੀ ਦਾ ਸੈਂਟਰ ਵੀ ਹੈ, ਤੇ ਉਹਦੇ ਨਾਲ ਪੀਰ ਬੁੱਢਣ ਸ਼ਾਹ ਦਾ ਜਿਹੜਾ ਕੀਰਤਪੁਰ ਦੇ ਵਿੱਚ ਜਿਹੜਾ ਭਗਤੀ ਸ਼ਕਤੀ ਦਾ ਸੈਂਟਰ ਹੈ ਕਿ ਉਹ ਵੀ ਸ਼ੇਰ ਬੱਕਰੀਆਂ ਇਕੱਠੀਆਂ ਸਿੰਬੋਲੀਕਲੀ ਉਹ ਵੀ ਨਾਲ ਹੈ, ਤੇ ਤੀਜਾ ਉੱਥੇ ਜਿਹੜਾ ਸਾਕਤ ਮੱਤ ਦੇ ਜਿਹੜੇ ਪਾਵਰ ਦੇ ਸੈਂਟਰ ਆ ਇਹ ਸਾਰਿਆਂ ਨੂੰ ਡਾਇਲੋਗ ਚ ਲਿਆ ਕੇ ਕੀਰਤਪੁਰ ਬਣਿਆ ਤੇ ਇਹਨੂੰ ਬਾਬਾ ਸ੍ਰੀ ਚੰਦ ਨੇ ਆਪਣੇ ਤਪ ਨਾਲ ਬਣਾਇਆ। ਸੋ ਇੱਥੇ ਜਿਹੜੇ ਇੱਥੇ ਇਹ ਵੀ ਨੁਕਤਾ ਸੋਚਣ ਵਾਲਾ, ਤੇ ਬਾਬਾ ਸ੍ਰੀ ਚੰਦ ਦੀ ਸਿਹਾਰੀ ਜਿਹੜੀ ਆ ਸੁਖਮਣੀ ਸਾਹਿਬ ਦੇ ਵਿੱਚ ਲੱਗੀ ਹੋਈ ਆ, ਸਾਡੀ ਟ੍ਰੈਡੀਸ਼ਨ ਕਹਿੰਦੀ, ਤੋ ਸਿਹਾਰੀ ਜਿਹੜੀ ਆ ਲਲਿਤਾ ਸਹਸਰਨਾਮਾ ਦੇ ਵਿੱਚ ਉਹ ਸ਼ਕਤੀ ਦਾ ਰਿਪ੍ਰਜੈਂਟੇਟਿਵ। ਸੋ ਇਹ ਉਹਦੀ ਸੀਕਰਟ ਸਾਇੰਸ ਨੂੰ ਇਹ ਵੀ ਦੇਖਣ ਦੀ ਲੋੜ ਆ। ਸੋ ਉੱਥੋਂ ਦੀ ਗੁਰੂ ਸਾਹਿਬ ਨੇ ਜਿਹੜਾ ਮਾਖਾ ਸੇਠ ਸੀਗਾ ਉਹਦੇ ਤੋਂ ਉਹ ਥਾਂ ਲਿਆ, ਕਿਉਂਕਿ ਉੱਥੇ ਇੱਕ ਦਰਖਤ ਸੀਗਾ ਜਿਹਦੇ ਥੱਲੇ ਮਾਖਾ ਸੇਠ ਸੀਗਾ, ਉਹਨੂੰ ਟ੍ਰੈਡੀਸ਼ਨ ਨੇ ਮਾਖਾ ਦੈਂਤ ਕਿਹਾ,
ਪਰ ਉਹ ਸ਼ਕਤੀ ਪਰੰਪਰਾ ਦਾ ਕੋਈ ਸੇਠ ਸੀ, ਉਹਦੇ ਤੋਂ ਥਾਂ ਲੈ ਕੇ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਵਸਾਇਆ। ਸੋ ਇਹਨਾਂ ਸਿੰਬੋਲਿਕ ਪਸਾਰਾਂ ਨੂੰ ਵੀ ਵਿੱਚ ਰੱਖਣਾ ਚਾਹੀਦਾ। ਹੋਰ ਕਾਫੀ ਆਸਪੈਕਟਸ ਰਹਿ ਗਏ, ਮੈਨੂੰ ਲੱਗਦਾ ਮੈਂ ਟਾਈਮ ਜ਼ਿਆਦਾ ਲੈ ਰਿਹਾ ਤੇ ਮੈਂ ਆਪਣਾ ਲੈਕਚਰ ਇੱਥੇ ਸਮਾਪਤ ਕਰਦਾ। ਸੋ ਇਹਨਾਂ ਪਸਾਰਾਂ ਨੂੰ ਸਟੱਡੀ ਦੇ ਨੁਕਤੇ ਤੋਂ ਮੈਂ ਚਾਹ ਰਿਹਾ ਕਿ ਅਸੀਂ ਖੋਲੀਏ। ਇਹਦੇ 'ਚ ਮੈਂ ਕੁਝ ਵੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਨੂੰ ਲੱਗਦਾ ਕਿ ਇਹ ਡਿਮੈਂਸ਼ਨ ਨੂੰ ਸਾਨੂੰ ਡਿਸਕਸ਼ਨ ਦੇ ਵਿੱਚ ਲਿਆਉਣਾ ਚਾਹੀਦਾ ਤੇ ਗੁਰੂ ਸਾਹਿਬ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਠੀਕ ਦਿਸ਼ਾ ਦੇ ਵਿੱਚ ਅਸੀਂ ਲੈ ਕੇ ਕੋਈ ਮਾਡਲ ਤਿਆਰ ਕਰ ਸਕਦੇ। ਧੰਨਵਾਦ।